ਮਾਰੀ ਜਾਏ। ਮੇਰਿਆ ਦੋਸਤਾ ਮੇਰਿਆ ਵੀਰਿਆ ਕੀ ਹਾਲ ਹੈ? ਓਏ ਅੰਦਰ ਮੇਰੀ ਜੁੱਤੀ ਪਈ। ਮੇਰਿਆ ਦੋਸਤਾ ਇੱਥੇ ਤੇਰੇ ਸਾਹਮਣੇ ਇੱਕ ਗੱਲ ਕਰਾਂ, ਸਾਰੇ ਹੀ ਵੀਰਾ ਤਾੜੀ ਮਾਰਨ ਫਿਰ ਮੰਨੇ ਮਦਾਰੀਆ ਤੇਰਾ ਕਮਾਲ ਏ। ਇਹ ਨਹੀਂ ਹੋ ਸਕਦਾ। ਅਲੀ ਜਾ, ਜਿਹੜਾ ਜਿਹੜਾ ਅੱਲਾ ਨੂੰ ਮੰਨਦਾ ਜ਼ਰਾ ਖੁੱਲ ਕੇ ਤਾੜੀ ਮਾਰੋ। ਅਲੀ ਜਾ, ਅੱਲਾ ਨੂੰ ਤੇ ਸਾਰੇ ਮੰਨਦੇ, ਹੁਣ ਜਿਹੜਾ ਜਿਹੜਾ ਇਹਦੀ ਭੈਣ ਨੂੰ ਮੰਨਦਾ ਉਹ ਮਾਰੋ। ਮੇਰੀ ਭੈਣ ਤੇ ਲੈਲਪੋਰੇ ਦੀ ਭੈਣ ਬਾਹਰ ਕੰਟੀਨ ਤੇ ਬੈਠੀ, ਤਾੜੀ ਮਾਰੋ। ਜਾ ਮੇਰੇ ਅੱਲਾ, ਸੁਬਾ ਸੁਬਾ ਕਿਸੇ ਨੇਕ ਦੇ ਮੱਥੇ ਲਾਈ ਤੇ ਆ ਸ਼ੇਖਾਂ ਤੇ ਹਰਾਈਆਂ ਤੂੰ ਬਚਾਈ। ਮੇਰੇ ਦੋਸਤ ਆ ਸ਼ੇਖ ਬੜੇ ਬੱਬਰ ਸ਼ੇਰ ਭਰਾ ਨੇ। ਉਹ ਕਿਸ ਤਰ੍ਹਾਂ? ਇੱਕ ਸ਼ੇਖ ਸਾਹਿਬ ਇੱਕ ਤਵਾਇਫ ਕੋ ਕੋਠੇ ਤੇ ਗਏ। ਫਿਰ ਅੱਗੋ ਤਵਾਇਫ ਸ਼ੇਖ ਸਾਹਿਬ ਨੂੰ ਕਹਿੰਦੀ, ਸ਼ੇਖ ਸਾਹਿਬ ਜਿਹੜੀ ਤੁਸੀਂ ਗਲੇ 'ਚ ਚੇਨ ਪਾਈ ਸਾਨੂੰ ਦੇ ਦਿਓ, ਜਦੋਂ ਤੁਹਾਡੀ ਯਾਦ ਆਏਗੀ ਤੁਹਾਡੀ ਚੇਨ ਵੇਖ ਲਾਂਗੇ। ਉਹ ਅੱਗੋ ਸ਼ੇਖ ਸਾਹਿਬ ਸਨ, ਉਹ ਕਹਿੰਦੇ ਬੀਬੀ ਤੂੰ ਇਹ ਜ਼ਿਹਨ 'ਚ ਰੱਖ ਕੇ ਯਾਦ ਕਰ ਲਈ ਕਿ ਮੈਂ ਮੰਗੀ ਉਹਨੇ ਦਿੱਤੀ ਨਹੀਂ। ਸ਼ੇਖਾਂ ਦੀ ਕੀ ਗੱਲ ਕਰਦੇ ਹੋ? ਸਾਡੇ ਮਹੱਲੇ ਇੱਕ ਸ਼ੇਖ ਰਿੰਗਦਾ ਸੀ, ਮਰ ਗਿਆ। ਅੱਲਾ ਨੇ ਜੰਨਤ 'ਚ ਮਹਿਲ ਦੇ ਦਿੱਤਾ, ਉੱਥੇ ਵੀ ਕਾਰੋਬਾਰੀ ਜ਼ੇਨ ਹੋ ਗਿਆ, ਮਹਿਲ ਕਿਰਾਏ ਤੇ ਦੇ ਕੇ ਆਪ ਦੋਜ਼ਖ ਚਲਾ ਗਿਆ। ਕਿਆ ਬਾਤ! ਇੱਕ ਸ਼ੇਖ ਸਾਹਿਬ ਮੋਬਾਈਲ ਤੇ 2 ਘੰਟੇ ਗੱਲਾਂ ਕਰਦੇ ਰਹੇ ਤੇ ਮਰ ਗਏ। ਕਿਉਂ? ਕਿਉਂ? ਪੈਕੇਜ ਲਾਣਾ ਭੁੱਲ ਗਏ ਸਨ। ਇਧਰ ਤੇ ਵੇਖ, ਇੱਥੇ ਆ ਮੇਰੇ ਕੋਲ, ਜ਼ਲੀਲ ਹੀ ਹੁੰਦਾ ਈ। ਓ ਕਿਵੇਂ? ਸਵਾਗਰਾਤ ਨੂੰ ਇਹਦੀ ਹਮਸ਼ੀਰਾ ਦੌੜ ਗਈ, ਮੈਂ ਕਿਹਾ ਤੇਰੀ ਹਮਸ਼ੀਰਾ ਦੌੜ ਗਈ। ਅੱਗੋ ਸ਼ਰਮਿੰਦੀ ਸ਼ਰਮਿੰਦਾ ਨਹੀਂ ਹੋਇਆ? ਮੈਨੂੰ ਕਹਿੰਦਾ ਪੈਪਸੀ ਪੈਂਟ ਦੀ ਹੋਈ ਏ, ਉਹ ਲੈਣ ਗਈ ਏ। ਮੇਰਿਆ ਦੋਸਤਾ, ਤੁਸੀਂ ਦੋਵੇਂ ਜਿੰਨੀਆਂ ਮਰਜ਼ੀ ਗੱਲਾਂ, ਮੈਨੂੰ ਕਹਿੰਦਾ ਰੁਪਈਏ 20 ਦੇ ਤੈਨੂੰ ਕੱਲ ਦਊ। ਮੈਂ ਕਿਹਾ 45 ਲੈ ਅੱਜ ਹੀ ਦੇ, ਪੈਸੇ ਉਹਦਾ ਹਿਸਾਬ ਕਿਤਾਬ। ਜੀ ਕਰਦਾ ਤੈਨੂੰ ਸਾਹਮਣੇ ਬੈਠਾ ਕੇ ਸ਼ਰਮਾ। ਕੋਈ ਹੋਰ ਗਾਣਾ ਗਾ। ਸਾਹਮਣੇ ਬਿਠਾ ਕੇ ਸ਼ਰਮਾ, ਮੈਂ ਇਹਨੂੰ ਕਿਹਾ ਬਾਜੀ ਨੂੰ ਲੈ ਕੇ ਆ, ਇਹ ਲੈ ਕੇ ਆ ਗਿਆ ਮਾਂ। ਸਾਹਮਣੇ ਬੈਠਾ ਕੇ ਸ਼ਰਮਾ, ਵੇਹੋ ਮੇਰਾ ਜੀ ਕਰਦਾ। ਚੱਲ ਰਹਿਣ ਦੇ 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 ਚੱਲ ਰਹਿਣ ਦੇ
ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਦੱਸ ਕਿੰਨੇ ਪੈਸੇ ਲੈਣੇ ਨਿੱਕੀ ਭੈਣ ਦੇ ਚੱਲ ਰਹਿਣ ਦੇ ਚੱਲ ਰਹਿਣ ਦੇ ਚੱਲ ਰਹਿਣ ਦੇ ਨਹੀਂ ਜਿਹਨੇ ਹੁਣ ਇੰਨੇ ਪੈਸੇ ਲਾਏ ਹੁਣ ਉਹ ਰਹਿਣ ਤੇ ਨੀ ਨਾ ਦਿੰਦਾ ਹੁੰਦਾ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਇੱਕ ਦਿਨ ਮੈਂ ਤੇ ਕਰ ਗਿਆ ਇੱਕ ਦਿਨ ਮੈਂ ਤੇ ਕਰ ਗਿਆ ਮੈਂ ਬਾਹਰ ਨਿਕਲਿਆ ਅੱਗੋਂ ਵੇਖਿਆ ਤੇ ਸਾਹਮਣੇ ਇਹ ਖਲੋਤਾ ਸੀ ਮੈਂ ਇਹਨੂੰ ਖੁਸ਼ ਕਰਨ ਵਾਸਤੇ ਜੇਬ ਚੋਂ ਪੈਸੇ ਕੱਢ ਕੇ ਇਹਨੂੰ ਦਿੱਤੇ ਅੱਗੋਂ ਮੈਨੂੰ ਕਹਿੰਦਾ ਕੀ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਚੱਲ ਰਹਿਣ ਦੇ ਰਹਿ ਚੱਲ ਰਹਿਣ ਦੇ ਜੇ ਤੂੰ ਹੀਰਾ ਮੰਡੀ ਕਾਰ ਬਣਾਵੇਗਾ ਬੱਚੀਆਂ ਦੀ ਕਮਾਈ ਜੇ ਤੂੰ ਖਾਵੇਗਾ ਫਿਰ ਲੋਕੀ ਤੈਨੂੰ ਕਾਲੂ ਕਾਲੂ ਕਹਿਣਗੇ ਚੱਲ ਰਹਿਣ ਦੇ ਰਹਿ ਚੱਲ ਰਹਿਣ ਦੇ ਚੱਲ ਰਹਿਣ ਦੇ ਰਹਿਣ ਦੇ ਮੇਰਾ ਕੋਈ ਪਿੰਕ ਕਲਰ ਨਹੀਂ ਹੈ ਦੱਸੋ ਤਾਂ ਸਹੀ ਕਿਹੜਾ ਕਾਲੂ ਉਹ ਕਾਲੂ ਹੈ ਉਹ ਮੈਂ ਕਾਲੂ ਤੁਸੀਂ ਮੇਰੇ ਪਿਓ ਦੇ ਸਾਲੂ ਉਹ ਕੋਈ ਗਾਣਾ ਚੰਗਾ ਸੁਣਾ ਮਰਾਸੀਓ ਉਹ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਜ਼ਰਾ ਪਾਸਾ ਲੈ ਮੈਨੂੰ ਵੀ
ਭੈਣ ਦੇ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਇਹੋ ਜਿਹਾ ਮੁੰਡਾ ਨਾ ਪਠਾਣਾ ਦੀ ਗੱਡੀ 'ਚ ਵੜ ਜਾਵੇ ਨਾ ਬਜਾਏ ਘਬਰਾਉਣ ਦੇ ਉਲਟਾ ਸੋਚਣ ਦੇ ਲਓ ਜੀ ਇਹੀ ਵਕਤ ਹੈ ਮੇਰੇ ਕਾਮਯਾਬ ਹੋਣ ਦਾ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਪਠਾਣਾ ਨੂੰ ਯੁਗਤਾ ਨਾ ਕਰੋ ਕਿਉਂਕਿ ਪਠਾਣਾ ਨੇ ਆਪਣਾ ਅਲੱਗਾ ਸੂਬਾ ਬਣਾ ਲਿਆ ਖੈਬਰ ਪਖਤੂਨਖਾ ਹੁਣ ਉਹਨਾਂ ਨੇ ਨਵਾਂ ਮੁਤਾਲਬਾ ਕਰ ਦਿੱਤਾ ਕੀ ਨਸਵਾਰ ਕੋ ਕੌਮੀ ਫਲ ਕਾ ਦਰਜਾ ਦਿਆ ਜਾਏ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਅੱਛਾ ਵਸੇ ਉਸਤਾਦ ਜੀ ਪਠਾਣ ਵਾਕਈ ਬੱਬਰ ਸ਼ੇਰ ਤੇ ਸਿੱਧੇ ਵਿਚਾਰੇ ਹੁੰਦੇ ਜਿਸ ਤਰ੍ਹਾਂ ਵਾਕਈ ਇੱਕ ਪਠਾਣ ਦਾ 1.5 ਸਾਲ ਦਾ ਬੱਚਾ ਖਰੇ ਕੀ ਕਹਿ ਰਿਹਾ ਉਹਦੀ ਆਵਾਜ਼ ਰਿਕਾਰਡ ਕਰ ਰਿਹਾ ਅੱਛਾ ਇਹ ਕੀ ਕਰ ਰਹੇ ਹੋ ਕਹਿੰਦਾ ਜਬ ਇਹ ਬੜਾ ਹੋਗਾ ਨਾ ਫਿਰ ਉਸਸੇ ਇਸਕਾ ਮਤਲਬ ਪੁੱਛੇਗਾ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਚੱਲ ਰਹਿਣ ਦੇ ਰਹਿਣ ਦੇ ਚੱਲ ਹੈ ਇੱਕ ਪਠਾਨ ਉਸਤਾਦ ਜੀ ਗੈਰ ਕਾਨੂੰਨੀ ਇਮਾਰਤ ਬਣਾ ਲਈ ਅੱਛਾ ਉਹ ਕਿਸੇ ਨੇ ਕਿਹਾ ਤੂੰ ਇਹ ਇਮਾਰਤ ਬਣਾ ਲਈਏ ਇਹਦੇ 'ਚ ਕੁਛ ਐਸਾ ਲਿਖ ਕਿ ਪੁਰਾਣੀ ਲੱਗੇ ਅਗੋ ਪਠਾਨ ਨੇ ਲਿਖਾ ਲਿਆ ਅਨਾਰਕਲੀ ਕੋ ਰਿਹਾ ਕਰੋ ਚੱਲ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਇਸ ਗਾਣਿਆਂ ਨੂੰ ਵੀ ਰਹਿਣ ਦਿਓ ਕੋਈ ਗਾਣਾ ਨਵਾਂ ਸੁਣਾਓ ਕੋਈ ਚੰਗਾ ਗਾਣਾ ਸੁਣਾਓ ਅੱਛਾ ਗੱਲ ਸੁਣ ਮੇਰੀ ਜਿਹੋ ਜਿਹਾ ਤੇਰਾ ਮੂੰਹ ਹੈ ਨਾ ਉਹਦੇ ਮੁਤਾਬਕ ਗੱਲ ਕਰਿਆ ਤੇ ਤੂੰ ਵੀ ਏਡਾ ਨੁਕਸ ਨਾ ਕੱਢ ਮੇਰੇ 'ਚੋਂ ਤੇਰਾ ਮੇਰਾ ਕੋਈ ਫਰਕ ਨਹੀਂ ਰਾਮ ਤੇਰੀ ਗੰਗਾ ਮੈਲੀ ਭਗਵਾਨ ਤੇਰਾ ਗੰਦਾ ਨਾਲਾ ਮੈਂ ਕਹਿੰਦਾ ਤੁਸੀਂ ਦੋਵੇਂ ਵਿਹਲੇ ਹੀ ਹੋ ਤੇਰੇ ਘਰ ਚਲੀਏ ਅਲਹਮਰਾ ਜ਼ਬਾਕ ਤੇ ਵਿਹਲੇ ਹੀ ਹੋ ਦੋਵੇਂ ਤੇ ਤੁਸੀਂ ਦੋਵੇਂ ਟਾਈਮ ਕੱਢ ਕੇ ਕਜ਼ਾ ਇਲਾਹੀ ਨਾ ਇੰਤਕਾਲ ਹੀ ਕਰ ਦਿਓ ਮਰ ਤੇ ਜਾਵਾਂ ਤੇਰੀ ਭੈਣ ਨੇ ਟਾਈਮ ਦਿੱਤਾ ਹੋਇਆ ਹੁਣ ਦੁਆ ਕਰਿਆ ਕਰੋ ਮੇਰੇ ਹਾਲਾਤ ਬਹੁਤ ਟੈਟ ਹੋਏ ਮੈਨੂੰ ਕਹਿੰਦਾ ਮੇਰੀ ਹਮਸ਼ੀਰਾ ਦਾ ਨਾਂ ਬਣਾ ਦੇ ਮੈਂ ਕਿਹਾ ਜਿਹੜੇ ਵੀਨਾ ਮਲਕ ਮਹਿੰਗੋ ਚੂਪ ਲਏ ਉਹ ਵੀ ਚੂਪ ਤੁਸੀਂ ਸਾਡੀਆਂ ਮਾਵਾਂ ਭੈਣਾਂ ਤੱਕ ਜਾਓ ਅਸੀਂ ਨਹੀਂ ਜਾਣਾ ਕਿਉਂ ਆਪੇ ਆ ਜਾਣਗੀਆਂ ਜੀ ਬਾਜੀ ਕਾ ਕਰੋ ਅਸੀਂ ਸਿਰਫ ਇਸ ਵਜ੍ਹਾ ਤੋਂ ਤੇਰੇ ਕੋਲ ਜਵਾਨਾਂ ਤਸ਼ਰੀਫ ਲਾਏ ਕਿ ਸਾਡਾ ਬੌਸ ਤੇਰੇ ਦੋਸਤ ਹੈ ਔਰ ਸਾਡੇ ਬੌਸ ਦਾ ਇਹ ਪੈਗਾਮ ਹੈ ਕਿ ਆਪਣੇ ਬੌਸ ਦੀਆਂ ਕੁੜੀਆਂ ਨੂੰ ਕਹਿਣਾ ਤਿਆਰ ਹੋ ਜਾਓ ਅਸੀਂ ਕਿਸੇ ਟਾਈਮ ਵੀ ਉਹਨਾਂ ਨੂੰ ਆਪਣੇ ਡੇਰੇ ਤੇ ਲਿਜਾ ਸਕਨੇ ਮੈਂ ਕਿਹਾ ਸਾਹਿਬ ਜੀ ਮੈਂ ਕਿਹਾ ਸਾਹਿਬ ਜੀ ਇਹ ਜਿਹੜਾ ਸਾਡਾ ਬੌਸ ਹੈ ਉਹਦੀ ਭੈਣ ਨਾਲ ਤੁਸੀਂ ਇੰਨਾ ਕਿਉਂ ਪਿਆਰ ਕਰਦੇ ਹੋ ਮੈਂ ਇਸ ਲਈ ਉਹਦੇ ਨਾਲ ਪਿਆਰ ਕਰਨਾ ਕਿ ਉਹ ਆਜ਼ਾਦ ਖਿਆਲ ਹੈ ਅੱਛਾ ਜੀ ਜਿਹਨੂੰ ਜਦੋਂ ਵੇਖੋ ਤੇ ਉਹ ਸ਼ਰਾਬਾਂ ਪੀਂਦੀ ਫਿਰ ਰਹੀ ਹੁੰਦੀ ਮੈਂ ਚਾਹਨਾ ਬਰਾਊਡ ਮਾਈਂਡਡ ਬੀਵੀ ਹੋਣੀ ਚਾਹੀਦੀ ਹੈ ਕਿੰਨੀ ਤਕਲੀਫ ਹੈ ਮੇਰੀ ਸ਼ਰਾਬਾਂ ਹਾਏ ਹਾਏ ਮੈਂ ਪੀਨੀ ਆ ਸ਼ਰਾਬ ਓਏ ਹਾਏ ਸਾਕੀਆਂ ਔਰ ਪਿਲਾ ਔਰ ਪਿਲਾ ਆ ਸਾਕੀਆਂ ਔਰ ਪਿਲਾ ਕਿਹੜਾ ਮੈਂ ਮੰਗਾਉਣੀ ਤੂੰ ਹੀ ਪਿਲਾਉਣੀ ਆ ਕਿਸੇ ਦੇ ਪੱਲੇ ਉਹ ਸ਼ਰਾਬ ਪੀ ਪੀ ਕੇ ਬਿੜਾ ਇਹ ਕਿਸੇ ਦੇ ਪੱਲੇ ਉਹ ਸ਼ਰਾਬ ਨਹੀਂ ਪੀਂਦੀ ਉਸਤਾਦ ਜੀ ਅੱਜ ਇਹਨੇ ਆਪਣੀ ਪੈਂਟ ਵੇਚ ਕੇ ਸ਼ਰਾਬ ਲਿਆਂਦੀ ਹੈ ਨਹੀਂ ਸ਼ਰਾਬ ਕੀ ਕਰੋ ਯਾ ਬੇਵਕੂਫੇ ਤੇਰੇ ਨਾਲ ਮੈਂ ਪਿਆਰ ਕਰਨਾ ਤੂੰ ਕਿੱਥੇ ਸ਼ਰਾਬਾ ਪੀ ਕੇ ਫਿਰਨ ਡਈ ਏ ਤੂੰ ਮੇਰਾ ਪਿਆਰ ਕਰਨਾ ਆਹੋ ਸ਼ਕਲ ਦੇਖੀ ਆਪਣੀ ਕਾਲਿਆ ਕੋਝਿਆ ਜਿਆ ਭੈੜਿਆ ਬੁਲਾ ਲਿਆ ਮੈਂ ਕਿਸੇ ਹੋਰ ਨੂੰ ਪਿਆਰ ਕਰਨੀ ਹਾਏ ਕਿਹਦੇ ਨਾਲ ਪਿਆਰ ਕਰਨੀ ਮੈਂ ਸ਼ਾਹਰੁਖ ਖਾਨ ਨੂੰ ਪਿਆਰ ਕਰਨੀ ਹਾਏ ਪਿਆਰ ਸ਼ਾਹਰੁਖ ਖਾਨ ਨਾਲ ਕਰਦੀ ਏ ਤੇ ਰੋਲਨ ਅਲਫਲਾ ਚ ਡਈ ਏ ਦੱਸ ਜਾ ਉੱਥੇ ਬਾਰਡਰ ਤੇ ਗੋਲੀ ਖਾ ਜਾ ਕੇ ਕਹਿੰਦੀ ਮੈਂ ਸ਼ਾਹਰੁਖ ਖਾਨ ਨਾਲ ਪਿਆਰ ਕਰਨੀ ਆ ਹਾਂ ਸ਼ਾਹਰੁਖ ਖਾਨ ਨਾਲ ਕਰਨੀ ਆ ਅੰਨੀ ਦੀ ਇਹ ਜਿਹੜਾ ਇਮਰਾਨ ਹਾਸ਼ਮੀ ਖੱਜਲ ਹੋ ਰਿਹਾ ਅੰਦਾਜ਼ਾ ਨਹੀਂ ਬਰਖੁਰਦਾਰ ਉਹ ਪੁੱਤ ਮੈਂ ਬਿਲਕੁਲ ਪਿਆਰ ਨੀ ਕਰਦੀ ਇਹੋ ਜਿਹੀਆਂ ਔਰਤਾਂ ਸਟੇਸ਼ਨ ਦੇ ਬੰਬ ਰੱਖ ਕੇ ਕੋਲ ਬਹਿ ਕੇ ਕਹਿੰਦੀ ਅੱਜ ਚੱਲ ਸੀ ਤਮੈ ਜਾ ਸਾਂ ਸਹੀ ਕਹਿ ਰਿਹਾ ਇਹ ਵੀ ਬੰਬ ਰੱਖਣ ਗਿਆ ਸੀ ਇਹ ਬੰਬ ਰੱਖਣ ਗਿਆ ਬੰਬ ਰੱਖ ਕੇ ਉੱਤੇ ਬਹਿ ਗਿਆ ਬੰਬ ਕਹਿੰਦਾ ਹੁਣ ਚੱਲੇਗਾ ਵਾਹਵਾ ਤੇਰੇ ਬੈਠਾ ਰਿਹਾ ਬੰਬ ਚੱਲਿਆ ਹੀ ਨਹੀਂ ਥੋੜੀ ਦੇਰ ਬਾਅਦ ਕਹਿੰਦਾ ਬੰਬ ਨਹੀਂ ਚੱਲਣ ਡਿਆ ਨਾਲ ਦਾ ਬੰਦਾ ਕਹਿੰਦਾ ਭਾਈ ਤੁਸੀਂ ਮੇਰੇ ਬੰਬ ਤੇ ਬਹਿ ਗਏ ਚੱਲੇ ਹੁਣ ਮੈਂ ਲੱਤਾਂ ਤੋੜ ਦੇਗਾ ਜੇ ਮੇਰੇ ਬੰਬ ਤੇ ਦੁਬਾਰਾ ਬੈਠਾ ਇਹਨੂੰ ਇੱਕ ਬੰਦੇ ਨੇ ਬੰਬ ਦਿੱਤਾ ਇਹਨੂੰ ਉਹਨੇ ਕਿਹਾ ਕਿਸੇ ਰਸ਼ ਵਾਲੀ ਜਗ੍ਹਾ ਤੇ ਰੱਖੀ ਤੇ ਆਪਣੀ ਅੰਮੀ ਦੇ ਕਮਰੇ 'ਚ ਰੱਖ ਆਇਆ ਨਹੀਂ ਸਭਾਕਾ ਵੈਸੇ ਇੱਕ ਗੱਲ ਹੈ ਕੁੜੀਆਂ ਦੀ ਵੈਲਿਊ ਬੜੀ ਹੈ ਬੇਵਕੂਫੋ ਕਿਵੇਂ ਕਰਿਆ ਕਰੋ ਕਿਸ ਤਰ੍ਹਾਂ ਤੁਸੀਂ ਸਾਨੂੰ ਸਮਝਾਓ ਕਿਸ ਤਰ੍ਹਾਂ ਇਹ ਕੁੜੀਆਂ ਜਦੋਂ ਆ ਕੇ ਕਰਦੀਆਂ ਨੇ ਨਾ ਡਾਂਸ ਆਹ ਆਹ ਓਏ
ਬਚਪਨ ਕੇ ਮੈਂ ਕਹਿੰਦਾ ਆਹ ਭਾਈ ਮੇਰੇ ਕਹਿਣ ਤੇ ਕਰੀ ਜਾਂਦੇ ਹੋ ਤੁਸੀਂ ਹਿਸਾਬ ਲਾ ਲਓ ਵੀ ਕੁੜੀਆਂ ਦੇ ਕਰਨ ਤੇ ਕੀ ਕਰਦੇ ਹੋਣਗੇ ਇਹ ਜਦੋਂ ਕੁੜੀਆਂ ਇਹ ਨਹੀਂ ਕਰਦੀਆਂ ਨਾ ਮੁੰਡੇ ਖੁੰਡੇ ਤੇ ਬੜਕਾ ਮਾਰਦੇ ਨੇ ਨਾ ਆ ਆ ਤੇ ਜਿਹੜੇ ਵਿੱਚ ਸਿਆਣੇ ਉਮਰ ਦੇ ਆਏ ਹੁੰਦੇ ਨੇ ਇੱਕ ਦਮ ਦਿਲ ਛੱਡ ਦਿੰਦੇ ਨੇ ਆਹ ਕੀ ਹੋਣ ਲੱਗ ਗਿਆ ਆਪਣਾ ਨੀਵ ਘਰ ਚਲੀਏ ਕੰਮ ਦੱਸੋ ਬਾਹਰ ਹੁੰਦਾ ਜਾਣਦੇ ਤੇ ਇਹ ਜਿਹੜੀਆਂ ਅੱਗੇ ਪਾਰਟੀਆਂ ਬੈਠੀਆਂ ਹੁੰਦੀਆਂ ਨੇ ਨਾ ਕੋਈ ਗੱਲ ਨਹੀਂ ਕਰਦੇ ਇਹ ਕੀ ਕਰਦੇ ਨੇ ਇਹ ਸਿਰਫ ਨਾਲ ਦੇ ਨੂੰ ਕਹਿੰਦੇ ਹੁੰਦੇ ਨੇ ਬਸ ਇਹ ਪਤਾ ਕਰ ਰਹਿੰਦੀ ਕਿੱਥੇ ਹੈ ਔਰ ਇਹਦੇ ਵਰਗੇ ਪਿੱਛੇ ਬੈਠੇ ਹੁੰਦੇ ਨੇ ਫਿਕਰ ਨਾ ਕਰੋ ਮੈਂ ਲੈ ਕੇ ਆਵਾਂਗਾ ਕੀ ਹੋ ਗਿਆ ਉਸਤਾਦ ਜੀ ਕੁੜੀ ਤੁਹਾਡੇ ਨਾਲ ਪਿਆਰ ਕਰਦੀ ਪਿਆਰ ਕਰਦੇ ਹੋ ਬਿਲਕੁਲ ਨਹੀਂ ਕਰਦੀ ਬਿਲਕੁਲ ਨਹੀਂ ਕਰਦੀ ਇਹੋ ਜਿਹੀਆਂ ਕੁੜੀਆਂ ਬੱਸ 'ਚ ਬਹਿ ਕੇ ਕਿਸੇ ਤੇ ਬੱਚੇ ਨੂੰ ਦੁੱਧ ਪਿਆ ਕੇ ਘੰਟੇ ਬਾਅਦ ਯਾਦ ਆਉਂਦਾ ਹਾਏ ਹਾਏ ਇਹ ਤਾਂ ਮੇਰਾ ਹੈ ਹੀ ਨਹੀਂ ਪਿੱਛੇ ਜਾ ਕਾਕਾ ਤੇ ਦੁੱਖ ਦੀ ਗੱਲ ਇਹ ਵੀ ਉਹ ਬੱਚਾ ਵੱਡਾ ਹੋ ਕੇ ਕੁੱਕ ਬਣ ਜਾਂਦਾ ਹੈ ਨਹੀਂ ਗਾਣੇ ਵਾਲਾ ਇਹੋ ਜਿਹੀਆਂ ਸਰ ਬੇਵਕੂਫੋ ਕਦਰ ਕਰਿਆ ਕਰੋ ਔਰਤਾਂ ਦੀ ਔਰ ਸੁਣਾਏ ਇਹੋ ਜਿਹੀ ਔਰਤਾਂ ਕੇ ਐਫ ਸੀ ਤੇ ਜਾ ਕੇ ਕਹਿੰਦੀ ਮੈਂ ਤੇ ਹਲੇ ਵੀ ਖਾਣੀ ਹੈ ਮੈਨੂੰ ਨਹੀਂ ਪਤਾ ਨਹੀਂ ਇਹੋ ਜਿਹੀਆਂ ਪਾਰਕ ਦੇ ਵਿੱਚ ਆਪਣੇ ਖਾਵਨ ਨਾਲ ਜਾਂਦੀਆਂ ਨੇ ਜਦੋਂ ਪਾਰਕ ਦੇ ਵਿੱਚ ਭੰਗੂੜਾ ਥੱਲੇ ਨੂੰ ਆਉਂਦਾ ਨਾ ਨਾਲ ਕਹਿੰਦੇ ਜਾਨੂ ਇਹ ਜਦੋਂ ਭੰਗੂੜਾ ਥੱਲੇ ਨੂੰ ਆਉਂਦਾ ਨਾ ਮੇਰਾ ਦਿਲ ਨਹੀਂ ਕਰਦਾ ਛੱਡੋ ਏਡੀ ਸੋਹਣੀ ਕੁੜੀ ਉਸ ਨੁਕਸੀ ਕੱਢੀ ਜਾਵੇ ਵੇਖ ਕਿੱਡੀ ਸੋਹਣੀ ਕੁੜੀ ਇਹਨੂੰ ਵਾਕਈ ਪਿਆਰ ਨਹੀਂ ਕਰਦੀ ਨਹੀਂ ਕਰਦੀ ਤੁਸੀਂ ਕਿਸੇ ਨਾਲ ਪਿਆਰ ਕਰਦੀ ਹੈ ਨਹੀਂ ਮੈਂ ਕਰਨਾ ਵਾ ਇਹਦਾ ਕਿੰਨਾ ਪਿਆਰ ਕਰਨਾ ਜਾਨ ਤੋਂ ਵੀ ਜ਼ਿਆਦਾ ਪਿਆਰ ਕਰ ਇੰਨਾ ਪਿਆਰ ਤੂੰ ਆਪਣੀ ਮਾਂ ਨੂੰ ਕਰਦਾ ਤੈਨੂੰ ਦੁਨੀਆ 'ਚ ਜੰਨਤ ਮਿਲ ਜਾਣੀ ਸੀ ਸਾਹਮਣੇ ਵੇਖੋ ਇਧਰ ਸਾਹਮਣੇ ਅੱਖਾਂ ਤੇ ਪੂਰੀਆਂ ਖੋਲੋ ਲੱਗਦਾ ਧੁੱਪੇ ਮੈਚ ਵੇਖਣ ਡਈ ਏ ਯਾਰ ਦੇਖੋ ਅਸੀਂ ਪਿਆਰ ਕਰਨੇ ਆ ਹਾਏ ਹਾਏ ਸਾਡੀ ਕਦਰ ਕਿਉਂ ਨਹੀਂ ਕਰਦੀ ਇੱਥੇ ਪਿਆਰ ਕਰਨਾ ਕਰਦੀ ਤੇ ਮੈਂ ਤੇਰੀ ਜਾ ਕੇ ਸ਼ਿਕਾਇਤ ਲਾਨੀ ਇਹ ਗੱਲ ਸੁਣੋ ਹਾਂਜੀ ਅੱਜ ਤੂੰ ਆਈ ਸੀ ਤੇ ਉਦੋਂ ਨਸ਼ੇ 'ਚ ਸੀ ਆ ਹੁਣ ਬਿਲਕੁਲ ਠੀਕ ਜਾ ਰਹੀ ਬਿਲਕੁਲ ਨਹੀਂ ਪਿਆਰ ਕਰਦੀ ਤੇ ਨਾ ਬਿਲਕੁਲ ਇਨਸਾਨ ਬਣਾ ਕਰ ਇਨਸਾਨੀਅਤ ਹੋਣੀ ਚਾਹੀਦੀ ਕਿਸੇ ਗੱਲ ਦੇ ਵਿੱਚ ਆਪ ਸੇ ਇੱਕ ਬਾਤ ਕਰਨੀ ਪੁੱਛੋ ਆਪ ਡੇਲੀ ਨਹਾਤੀ ਹਾਂ ਡੇਲੀ ਨਹਾਤੀ ਹੈ ਲੇਕਿਨ ਤੁਮ ਕਿਉਂ ਪੁੱਛ ਰਹੇ ਹੋ ਉਹ ਕਦੀ ਵੇਖਿਆ ਨਹੀਂ ਨਾ ਇਸ ਬੁਰਾ ਲੱਗਦਾ ਨਾ ਕਰ ਅੱਲਾ ਜਾਣਦਾ ਜੋ ਮੇਰੀ ਹਾਲਤ ਆ ਮੈਂ ਤੇਰਾ ਰੰਗ ਰੂਪ ਨਹੀਂ ਦੇਖਣਾ ਐਸੇ ਲੰਮਿਆ ਪਾ ਕੇ ਛਿੱਤਰ ਮਾਰਨੇ ਮੈਂ ਨਹੀਂ ਦੇਖਣਾ ਕੀ ਆ ਕਦੋਂ ਕਦੋਂ ਮਾਰਨੇ ਕਦੋਂ ਮਾਰਨੇ ਚੱਲ ਦਵਾ ਚਾਹ ਲਿਆ ਬਣਾ ਕੇ ਚਾਹ ਪੀਣੀ ਜੇ ਚਾਹ ਬਣਾਓ ਕੱਪ 'ਚ ਜਾਂ ਟੱਪ 'ਚ ਤੂੰ ਕਿਉਂ ਨਹੀਂ ਬਾਤ ਆਉਂਦਾ ਕਿਉਂ ਨਹੀਂ ਬਾਤ ਆਉਂਦਾ ਸੇਠ ਸਾਹਿਬ ਜੀ ਤੁਹਾਡਾ ਢਿੱਡ ਬੜਾ ਵੱਡਾ ਹੋ ਗਿਆ ਹਾਂਜੀ ਜਦੋਂ ਬਾਰਿਸ਼ ਹੁੰਦੀ ਹੋਏਗੀ ਤੁਹਾਡੇ ਪੈਰ ਤੇ ਨਹੀਂ ਭਿੱਜਦੇ ਹੋਣਗੇ ਹੁਣ ਜਿੱਦਣ ਬਾਰਿਸ਼ ਹੋਵੇ ਇੱਥੇ ਬਹਿ ਕੇ ਦੇਖ ਲਈ ਹੈ ਆਪ ਸੋਚ ਸਮਝਣਾ ਮੈਨੂੰ ਕੀ ਪਤਾ ਇਸ ਗੱਲ ਦਾ ਪਹਿਲਾ ਬੰਦਾ ਵੇਖਿਆ ਜਿਹਦੇ ਦੋ ਮੂੰਹ ਆ ਇੱਕ ਦੋ ਨਸੀਬਾਂ ਵਾਲਾ ਤੂੰ ਜ਼ਿੰਦਗੀ 'ਚ ਦੋ ਮੂੰਹ ਵਾਲਾ ਦੇਖ ਲਿਆ ਇਹ ਨਸੀਬਾਂ ਵਾਲੇ ਨੂੰ ਲੱਭਦੇ ਐਵੇਂ ਨਹੀਂ ਲੱਭ ਪੈਂਦੇ ਸੇਠ ਸਾਹਿਬ ਜਦੋਂ ਨਾ ਮੈਂ ਤੁਹਾਡੇ ਕੋਲ ਕੰਮ ਕਰ ਰਿਹਾ ਜੀ ਜੀ ਕਦੀ ਕੋਈ ਫਰਮਾਇਸ਼ ਕੀਤੀ ਹੋਵੇ ਨਹੀਂ ਕਦੀ ਕੋਈ ਫੜੀਕ ਪਾਈ ਹੋਵੇ ਨਹੀਂ ਇੱਕ ਗੱਲ ਮੰਨ ਜਾਓ ਦੱਸੋ ਮਰ ਜਾਓ ਪਹਿਲੇ ਤੇਰੀ ਮਾਂ ਤੇ ਮਰਿਆ ਪਿਆ ਹੁਣ ਹੋਰ ਕਿਤੇ ਤੇ ਮਰ ਜਾ ਓਕੇ ਚੱਲ ਦਵਾ ਜਾ ਦਵਾ ਜਾ ਗੈਟ ਆਊਟ ਗੈਟ ਆਊਟ ਦਵਾ ਜਾ ਦਵਾ ਜਾ ਜਾ ਬੈਠ ਜਾ ਜਾ ਬੈਠ ਜਾ ਬੇਗੈਰਤ ਦੇ ਬੱਚੇ ਨਿਕਲ ਜਾ ਇਥੋਂ ਬੇਗੈਰਤ ਦੇ ਬੱਚੇ ਨਿਕਲ ਜਾ ਇਥੋਂ ਜਵਲ ਇਨਸਾਨ ਜਵਲ ਇਨਸਾਨ ਜੋ ਮੈਂ ਕਵਾਂਗਾ ਉਹ ਕਹਿਣ ਅੱਛਾ ਜੋ ਮੈਂ ਕਵਾਂਗਾ ਉਹ ਕਹਿਣ ਮੈਂ ਤੇ ਬੜਾ ਬਗੈਰਤ ਦਾ ਬੱਚਾ ਇਹ ਉਹ ਤੇ ਪਤਾ ਕਰਨਾ ਸੀ ਮਰੀ ਹੈ ਚਬਲਾ ਜਿਹਾ
ਤੂੰ ਹੀ ਹਿਲਾ ਕਰ ਬੁੱਢੀ ਜੰਮੀ ਆ ਬੁੱਢੀ ਜੰਮੀ ਦੀ ਹੁੰਦੀ ਜੰਮੀ ਦੀ ਆ ਦੂਰਬੀਨ ਲਾ ਕੇ ਲੱਭੀ ਆ ਫਿਰ ਕਿਤੇ ਦੂਰ ਪੈਂਦਾ ਚ ਫਸੀ ਜਾ ਕੇ ਤੇਰੀ ਰਜਾਈ ਇੱਥੋਂ ਲੈ ਕੇ ਫੈਸਲਾ ਬਾਅਦ ਤੱਕ ਵਿੱਚ ਲੱਭਦੀ ਤੂੰ ਜ਼ਿਆਦਾ ਜ਼ੋਰ ਨਾ ਲਾ ਕੱਲ ਵੀ ਪੈਂਪਰ ਪਾੜ ਗਿਆ ਸੀ ਨਾ ਮੇਰਾ ਵੀ ਇਨਸਾਨ ਦਾ ਬੱਚਾ ਬਣ ਇਨਸਾਨ ਦਾ ਜਿਹੜੀ ਅਸਲ ਗੱਲ ਉਹ ਦੱਸ ਅਸਲ ਦੱਸਣ ਮੈਂ ਦੱਸਦੀ ਆ ਜਾਨੂ ਹੋਇਆ ਕੀ ਜਾਨ ਮੈਂ ਸੋਫੇ ਤੇ ਸੁੱਤੀ ਪਈ ਸਾ ਅਜੇ ਸੁੱਤੀ ਆ ਅਜੇ ਜਾਗਦੀ ਵੀ ਉੱਡੀ ਆ ਨਹੀਂ ਬੈਠੀ ਹੋਈ ਸਾ ਨਾ ਜੀ ਜੀ ਇਹਨੇ ਸਮਝਿਆ ਕਿ ਮੈਂ ਸੁੱਤੀ ਆਈ ਆ ਮੇਰੇ ਆਖੀ ਵਾਲਾ ਛੱਤ ਫੇਰਨ ਲੱਗ ਪਿਆ ਕਿਹੜੇ ਕਿਉਂ ਨੀ ਤੂੰ ਬਾਤ ਦਾ ਤੈਨੂੰ ਕੀ ਤਕਲੀਫ ਕੀ ਆ ਚਮੜਾ ਜਿਹਾ ਕਿਹੜੇ ਵਾਲ ਨਹੀਂ ਇੱਥੇ ਕਿਹੜੇ ਬਗੈਰਤ ਇੱਥੇ ਹੈ ਕੋ ਵਾਲਾ ਦਾ ਦੂਰ ਤੱਕ ਲੱਗਦਾ ਚੌਂਕ ਚ ਕੋਈ ਬੰਦਾ ਹੀ ਨਹੀਂ ਹੈਗਾ ਇਹਨੇ ਮੈਨੂੰ ਛੇੜਿਆ ਇਹਨੇ ਉਹ ਛੇੜਿਆ ਤੇ ਰੌਲਾ ਕਹਿੰਦਾ ਪਾਉਣੇ 600 ਤਨਖਾਹ ਚੋਂ ਕੱਟ ਲਾ ਤੂੰ ਸਾਲਿਆ ਆਪੇ ਹੀ ਫੈਸਲਾ ਕਰ ਦੇ ਵੀ 600 ਕੱਟ ਲਾ ਮੈਂ ਭਾਵੇਂ 800 ਕੱਟਣਾ ਹੋਵੇ ਇਹ ਕਿਹੜਾ ਸੂਟ ਪਾਇਆ ਜੀ ਇਹ ਦੋ ਘੜਾ ਬੋਸ ਕੀ ਬੇਟੇ ਇੱਕ ਘੋੜਾ ਕੱਢ ਕੇ ਫਿਰ ਟਾਂਗਾ ਬਣਾ ਦੇ ਤੇ ਦੂਜਾ ਤੁਹਾਡੇ ਘਰ ਬੰਨਾ ਬੰਨਾ ਗੈਰ ਜਗਾ ਨੇ ਤੇਰੀ ਦਾਦੀ ਉਹ ਸਬਰ ਤਾਂ ਕਰੋ ਮੇਰੀ ਬੇਇੱਜ਼ਤੀ ਕਰੀ ਜਿੰਦਾ ਮੈਂ ਗੈਰ ਜਗਾ ਦਵਾਂ ਤੇਰੀ ਨਾਨੂ ਨੂੰ ਛੇੜਿਆ ਅਗਲੇ ਨੇ ਉਹ ਠਹਿਰ ਕੇ ਤੂੰ ਐਡੀ ਰਨ ਨਹੀਂ ਨਾਲੇ ਤੂੰ ਤੂੰ ਮੇਰੀ ਰਨ ਹਾਂ ਤੇ ਉਹ ਕੀ ਹੈ ਕੀ ਹੈ ਓਏ ਆਖਰੀ ਗੱਲ ਪਹਿਲੇ ਕਰ ਓਏ ਮੀ ਓਏ ਜਲੰਧਰ ਓਏ ਪੁੱਤਰ ਆਪਣਾ ਨੌਕਰ ਇੱਥੇ ਆਖਰੀ ਗੱਲ ਪਹਿਲੇ ਕਰ ਜਲੰਧਰ ਦੇ ਮੋਚੀਆ ਸਾਲਿਆ ਜ਼ਾਤ ਦਾ ਮਰਾਸੀ ਤੇ ਕਟਨ ਵਜ਼ੀਰਾਂ ਵਾਲੀ ਥੋੜਾ ਮੋਚੀ ਤੇ ਥੜੇ ਵਰਗਾ ਤੇਰਾ ਸਿਰ ਹੋ ਗਿਆ ਤੈਨੂੰ ਹਜਾਜ ਨਹੀਂ ਆਉਣ ਦੀ ਮੇਰੇ ਨਾਲ ਤਮੀਜ਼ ਨਾਲ ਗੱਲ ਕਰੀ ਮੈਂ ਇੱਥੇ 18ਵੇਂ ਗ੍ਰੇਡ ਦਾ ਨੌਕਰ ਆ ਮੁਲਾਜ਼ਮ ਨਹੀਂ ਤੇਰੇ ਪਿਓ ਦਾ ਤੈਨੂੰ ਮੈਂ ਕਹਿਣਾ ਚੋਰੀ ਹੋਏਗਾ ਘਰ ਹੋਏਗਾ ਅੱਲਾ ਜਾਣਦਾ ਮੈਂ ਤੈਨੂੰ ਕੁਛ ਨਹੀਂ ਕਹਿਣਾ ਇਹ ਬਦਤਮੀਜ਼ੀ ਕਿੰਜ ਕਰਨ ਦਿਆ ਮੈਂ ਤੇਰੀ ਸ਼ਿਕਾਇਤ ਭਾਬੀ ਫਾਤਮਾ ਨੂੰ ਕਰਾਂਗੀ ਸਮਝ ਆਈਏ ਉਹ ਤੈਨੂੰ ਫੈਂਟੀ ਲਾਏਗੀ ਬੇਗਮ ਮੈਨੂੰ ਦੱਸੋ ਤੁਸੀਂ ਕੁਛ ਨਹੀਂ ਕਰਨ ਜੋਗਾ ਆ ਤੂੰ ਕੁਛ ਕਰਨ ਦੀ ਗੱਲ ਤਾਂ ਮੈਂ ਕਿਸੇ ਹੋਰ ਨੂੰ ਕਵਾਂ ਉਹ ਵੇਖ ਨਾ ਜੋੜੀ ਦੇ ਵੇਖੋ ਉਹਨੂੰ ਕੋਈ ਟੱਕਰਦਾ ਨਹੀਂ ਸੀ ਇਹਨੂੰ ਕੋਈ ਲੱਭਦੀ ਨਹੀਂ ਸੀ ਇਹ ਨਹੀਂ ਮੇਰੇ ਨਾਪ ਦੀ ਤਾਂ ਮੈਨੂੰ ਕੋ ਘਰੋਂ ਲਿਆ ਦੇ ਘਰੋਂ ਲਿਆ ਦੇ ਲਿਆ ਦੇ ਆਪਾਂ ਇਹਨੇ ਮੁੱਛਾਂ ਵਧਾ ਲਈਆਂ ਨੇ ਲਿਆ ਮੈਂ ਕਿਹੜਾ ਮੂੰਹ ਦੇਖਣਾ ਮੈਂ ਬਸ ਇਹਨੀ ਹੈ ਕਿ ਇੱਕ ਰਾਤ ਨੂੰ ਐਟਮਾ ਮੇਰੇ ਨਾਲ ਕਰਿਆ ਕਰ ਤੇ ਆ ਵੇਖ ਲੈ ਕੀ ਕਰ ਰਿਹਾ ਕਿਹੜੀ ਸਾਰੀ ਗੱਲ ਮੰਨ ਲਈ ਆ ਦੱਸਾਂ ਫਿਰ ਇਹਦੀਆਂ ਹਰਕਤਾਂ ਵੀ ਦੱਸ ਮੈਨੂੰ ਦੱਸ ਤੁਸੀਂ ਤੇ ਰਾਤ ਨੂੰ ਘਰ ਨਹੀਂ ਨਾ ਹੁੰਦੇ ਤੇ ਮੈਨੂੰ ਅੱਧੀ ਰਾਤ ਨੂੰ ਉਠਾ ਕੇ ਕਹਿੰਦੀ ਮੇਰੇ ਨਾਲ ਐਟਮਾ ਕਰ ਕਾਦੀ ਐਟਮਾ ਕਹਿੰਦੀ ਮੈਂ ਕਲਾਬਾਜ਼ੀ ਲਾ ਕੇ ਖੀਰਾ ਬਹੁਤ ਸੋਹਣਾ ਪੁੱਟਨੀ ਆ ਕਹਿੰਦੀ ਫਿਰ ਮੈਨੂੰ ਭਾਣ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਇੱਥੇ ਹੱਥ ਰੱਖ ਤੇ ਇੰਜ ਕਰੀ ਜਾ ਫਿਰ ਮੇਰੇ ਕੰਨ 'ਚ ਕਹਿੰਦੀ ਪਾਣੀ ਵਾਲੇ ਟੱਪ 'ਚ ਮੇਰਾ ਪੈਂਚਰ ਵੇਖ ਫਿਰ ਮੇਰੇ ਕੰਨ 'ਚ ਕਹਿੰਦੀ ਮੇਰੇ 'ਚ ਡਬਲ ਸਿਮ ਪੈਂਦੀ ਆ ਕਹਿੰਦੀ ਮੇਰਾ ਮੈਮਰੀ ਕਾਰਡ ਖਾਲੀ ਆ ਟੋਨਾ ਭਰਾ ਕੇ ਲਿਆ ਆ ਨਾਲੇ ਕਹਿੰਦੀ ਕਿਸੇ ਨੂੰ ਦੱਸੀ ਨਾ ਪਹਿਲੇ ਛੋਟੀ ਪੇਨ ਵਾਲਾ ਚਾਰਜਰ ਲੱਗਦਾ ਹੁਣ ਮੋਟੀ ਪੇਨ ਵਾਲਾ ਲੱਗਦਾ ਉਹ ਤਾਂ ਫਿਰ ਮੈਂ ਗੌਰ ਨਾਲ ਵੇਖਿਆ ਡੱਡੂ ਚਾਰਜਰ ਲੱਗਾ ਇਹ ਡੱਡੂ ਚਾਰਜਰ ਕਿਹੜਾ ਜੀ ਆ ਨਾਸਰ ਚਨੋਟੀ ਦੇ ਮੂੰਹ ਵਰਗਾ ਨਹੀਂ ਹੁੰਦਾ ਸਰ ਜੀ ਬੜੀਆਂ ਐਟਮਾਂ ਕਰਦੀ ਮੇਰੇ ਨਾਲ ਹੋਰ ਕੀ ਕਰਦੀ ਕਹਿੰਦੀ ਮੈਨੂੰ ਕੱਚੇ ਤੇ ਲਾ ਜੇ ਧੂਆਂ ਮਾਰਾਂਗੀ ਛਿੱਤਰ ਫੇਰੀ ਫਿਰ ਕਹਿੰਦੀ ਆਪਣਾ ਅਗਲੀ ਬ੍ਰੇਕ ਧਿਆਨ ਨਾਲ ਲਈ ਪਿਛਲੀ ਬੱਤੀ ਬਲ ਪੈਂਦੀ ਆ ਇਹ ਸਭ ਕੁਝ ਤੈਨੂੰ ਕਹਿੰਦੀ ਤੈਨੂੰ ਕੋਈ ਕੰਮ ਨਹੀਂ ਇਹਦੀ ਸੁਣਦਾ ਰਹਿਣਾ ਤੁਸੀਂ ਘਰ ਨਹੀਂ ਨਾ ਹੁੰਦਾ ਸੁਣਨੀਆਂ ਪੈਂਦੀਆਂ ਚਤਰਾਂ ਲਈ ਕਦੋਂ ਮੈਂ ਘਰੋਂ ਬਾਹਰ ਜਾਂਦਾ ਮੈਂ ਤਾਂ ਤੇਰੀ ਵਜ੍ਹਾ ਨਾਲ ਇਹਨੂੰ ਛੱਡਣ ਨੂੰ ਫਿਰਦਾ ਕਿਉਂ ਮੈਂ ਤੇਰੇ ਕੰਨ 'ਚ ਮੰਜੀ ਡਾ ਕੇ ਸੌਣਾ ਮੈਂ ਤੈਨੂੰ ਕਹਿਣਾ ਕੁਛ ਨਹੀਂ ਆ ਮੈਂ ਅੱਲਾ ਜਾਣਦਾ ਮੈਂ ਜਦੋਂ ਦੋਸਤੀ ਹੋਇਆ ਨਾ ਤੇਰੀ ਵਜ੍ਹਾ ਨਾਲ ਹੋਣਾ ਉਂਝ ਤੈਨੂੰ ਬੜੀਆਂ ਚਾਦਰਾਂ ਚੜ੍ਹਦੀਆਂ ਨੇ ਨਾ ਨਾ ਮੈਂ ਨਹੀਂ ਚਾਹੁੰਦਾ ਤੇਰੇ ਤੇ ਕੋਈ ਜ਼ੁਲਮ ਕਰਾਂ ਕਿਉਂਕਿ ਮੈਂ ਅੱਲਾ ਨੂੰ ਵੀ ਮੂੰਹ ਦਿਖਾਉਣਾ ਜਿਹੜਾ ਅਸੀਂ ਨਹੀਂ ਵੇਖਣੇ ਅੱਲਾ ਨੇ ਕਿੱਥੇ ਵੇਖਣੇ ਜੀ ਹੋਰ ਕੀ ਕਹੇ ਨੇ ਹੋਰ ਬਹੁਤ ਕੁਛ ਕਹਿੰਦੀ ਨੇ ਬੁੱਢੀ ਬੁਲਾ ਆਪਣੀ ਕਿਉਂ ਵਜ੍ਹਾ ਚੱਲ ਆ ਬੁੱਢੀ ਬੁਲਾ ਇਹਦੇ ਨਾਲ ਨਹੀਂ ਸਰਦਾ ਚੱਲ ਲਿਆ ਉਹਨੂੰ ਬੁਲਾ ਕੇ ਬੇਗਮ ਮੈਂ ਕਹਿੰਦੀ ਕੀ ਗੱਲ ਏ ਆ ਤੇਰਾ ਮਾਮਾ ਸਹੁਰਾ ਬੁਲਾ ਰਿਹਾ ਇਧਰ ਆਵੇ ਹੋਇਆ ਕੀ ਏ ਆ ਤੇਰੀ ਭੈਣ ਨਹੀਂ ਇਧਰ ਓਏ ਆ ਖਾਮ ਤੇਰਾ ਖਾਮ ਤੇਰੀ ਸੈਂਸ ਤੇ ਲਾਣਾ ਤਾਂ ਪਾਟੇ ਖਾਂ ਇਹ ਮੇਰੀ ਬੀਵੀ ਨੂੰ ਛੇੜਦਾ ਤੋਲਿਆ ਬੜਾ ਤੇਰਾ ਬੰਬੂ ਦਾਲ ਪਾਉਣ ਵਾਲੇ ਬੰਬੂ ਵਰਗਾ ਮੂੰਹ ਆ ਉਹਨੂੰ ਕੀ ਕਹਿੰਦੇ ਆ ਇਹਨੂੰ ਤੋਲੀ ਬੀਵੀ ਨੂੰ ਛੇੜਿਆ ਜੀ ਇਹ ਕਿਸ ਤਰ੍ਹਾਂ ਛੇੜ ਸਕਦਾ ਹੈ ਇਹਨੇ ਤੇ ਅੱਜ ਦਿਨ ਜਦੋਂ ਦੀ ਮੇਰੀ ਸ਼ਾਦੀ ਹੋਈ ਆ ਇਹਨੇ ਕਦੀ ਮੈਨੂੰ ਇੰਨਾ ਪਿਆਰ ਨਹੀਂ ਦਿੱਤਾ ਕਿੰਨਾ ਇੰਨਾ ਫੇਰ ਸੋਚ ਲਾ ਸਹੀ ਕਹਿ ਰਹੇ ਜਦੋਂ ਦੀ ਮੇਰੀ ਸ਼ਾਦੀ ਹੋਈ ਹੈ ਨਾ ਇਹਨੇ ਮੈਨੂੰ ਬਿਲਕੁਲ ਇੰਨਾ ਪਿਆਰ ਨਹੀਂ ਦਿੱਤਾ ਕਿਉਂ ਬਈ ਉਹ ਬੇਗੈਰਤ ਆਦਮੀ ਤੇਰੀ ਬੀਵੀ ਹੈ ਤੇਰੇ ਨਕਾਹ 'ਚ ਹੈ ਇੰਨਾ ਪਿਆਰ ਨਹੀਂ ਦਿੱਤਾ
ਕਿਉਂ ਜ਼ੁਲਮ ਕਰਦਾ ਜਵਾਨ ਕੁੜੀ, ਤੂੰ ਵੀ ਜਵਾਨ, ਉਹ ਕਿਸੇ ਨੇ ਤੇਰੇ ਅੱਗੇ ਲਾਈ ਹੈ, ਉਹ ਤੇਰੀ ਬੀਵੀ ਬਣਾਈ, ਉਹ ਕਿਉਂ ਨਹੀਂ ਦਿੰਦਾ ਇਹਨੂੰ ਪਿਆਰ, ਕਿਉਂ ਨਹੀਂ ਦਿੰਦਾ? ਉਹ ਇੰਨਾ ਪਿਆਰ ਇਹਨੂੰ ਦਿਆ ਜਾਂ ਉਹਨੂੰ ਦਿਆ? ਉਹ ਸਾਡੀ ਮਾਲਕ ਨੇ ਮਾਵਾਂ ਦੀ ਜਗ੍ਹਾ ਤੇ ਇਹਨੂੰ, ਮੈਂ ਆਪਣੇ ਆਪੇ ਦੀ ਜਗ੍ਹਾ ਤੇ ਖੜਨਾ। ਮੇਰੀ ਬੁੱਢੀ ਵੇਖ ਦੇ ਆਪਣੀ ਵੇਖ, ਮੈਂ ਤਾਂ ਤੈਨੂੰ ਇਹ ਵੀ ਨੀ ਕਹਿ ਸਕਦਾ ਵਟਾਉਣੀ ਆ। ਕਿੱਥੇ ਮਹਿਰਾਨ, ਕਿੱਥੇ ਫੋਰ ਵੀਲਰ ਟਰਾਲਾ ਧੁੰਦਾ ਫਿਰਾਂਗਾ। ਮਹਿਰਾਨ ਬੜੀ ਸਾਲਿਆ, 0 ਮੀਟਰ ਮੇਨ ਐਕਸੀਡੈਂਟ ਹੈ। ਆ ਅੱਲਾ ਦੇ ਫਜ਼ਲੋ ਕਰਮ ਨਾਲ ਅੱਜ ਤੱਕ ਸਾਈਡ ਵੀ ਨਹੀਂ ਵੱਜੀ। ਹਾਂ ਉਹ ਸਾਈਡ ਨਹੀਂ ਵੱਜੀ, ਟਾਪੇ ਤੇ ਫਿਸੇ ਆ ਨਾ। ਮੈਂ ਆਪ ਬੰਪਰ ਤੋਂ ਫੜ ਕੇ, ਕੀ ਹੋਇਆ, ਕੀ ਕਾ ਕੀ ਰੌਲਾ ਕਰਦੇ ਜੀ? ਇਹ ਬਿਲਕੁਲ ਮੈਨੂੰ ਧੋਖਾ ਕਰਦੇ ਨੇ। ਹਾਂ ਜੀ ਇਹ ਧੋਖਾ ਕਰਦੇ ਨੇ। ਤੇਰਾ ਤੇ ਸੇਰੀ ਨਹੀਂ ਇੱਥੇ ਤੱਕ ਆਉਣਾ, ਮੈਂ ਤੇਰੇ ਅੱਗੇ ਕੀ ਤਰਲਾ ਪਾਵਾਂ? ਅਜਾ ਹੋਇਆ ਕੀ ਹੈ? ਨਹੀਂ ਵਾਰੀ ਅਸੀਂ ਆਪਣਾ ਜਾਨਵਰ ਹੀ ਨੀ ਵੇਚਣਾ। ਮੰਡੀ ਤੂੰ ਲੈ ਜਾ ਸਾਲਿਆ। ਮੈਂ ਕਿ ਸਾਜੀ ਕੀ ਖਾਣਾ ਪੀਣਾ? ਜੋ ਮਰਜ਼ੀ ਪਕਾ ਲਓ। ਚਲੋ ਠੀਕ ਹੈ, ਮੈਂ ਅੰਦਰ ਜਾ ਰਹੀ ਹਾਂ ਤੇ ਖਾਣ ਲਈ ਕੁਝ ਲੈ ਆਈ। ਜੋ ਵੀ ਲੈਣਗੇ ਮੈਂ ਖਾ ਲਾਂਗਾ। ਪਾਣੀ ਵਾਲੀ ਆਉਂਦੀ ਤੇ ਨਾ ਬਹਿ ਕੇ ਪਿੰਚਰ ਤੇ ਫੇਰ ਕੀ ਪਕਾਣਾ ਕਾਕਾ? ਇਹਨਾਂ ਦੱਸ ਜੀ ਕੀ ਪਕਾਣਾ? ਅੱਜ ਨਾ ਗੋਸ਼ਤ 'ਚ ਗੋਸ਼ਤ ਪਾ ਲਓ। ਇਸ ਤਰ੍ਹਾਂ ਇਹ ਕਿਹੜੀ ਆਈਟਮ ਹੈ? ਗੋਸ਼ਤ 'ਚ ਗੋਸ਼ਤ ਕੌਣ ਪਾਉਂਦਾ? 2 ਕਿਲੋ ਛੋਟਾ ਤੇ ਵੱਡਾ ਕਿਲੋ ਲਿਆ ਕੇ 3 ਕਿਲੋ ਮਿਕਸ ਕਰ ਲਓ ਸਾਨੂੰ ਨਹੀਂ। ਨਵੀਂ ਸਾਲਿਆ ਗੱਲਾਂ ਕਰਦਾ, ਕੁੜੀਆਂ ਮੇਰੀਆਂ ਗਈਆਂ ਕਾਲਜ, ਹੁਣ ਤੱਕ ਨਹੀਂ ਆਈਆਂ। ਡਰਾਈਵਰ ਗਿਆ ਲੈਣ ਮੇਰੀ ਡਿਊਟੀ। ਇਹ ਤੇਰੀ ਡਿਊਟੀ, ਤੂੰ ਜਾ ਕੇ ਲੈਣ। ਸਾਰੀਆਂ ਡਿਊਟੀਆਂ ਮੈਂ ਹੀ ਕਰਾਂ, ਮੈਂ ਮਰ ਜਾ ਇੱਥੇ। ਹੋਰ ਤੂੰ ਕਿਹੜੀ ਡਿਊਟੀ ਕਰਦਾ? ਚਦਰਾਣੀ ਦੇ ਕੰਮ ਕਰੋ। ਉਹਦਾ ਕੱਲ ਮੈਂ ਫਟ ਵਾਲਾ ਕੱਛਾ ਸੀਤਾ ਚਦਰਾਣੀ ਦਾ। ਅੱਛਾ ਵੱਡੇ ਬਾਹਰ ਵਾਲਾ? ਅੱਛਾ ਹਾਂ, ਤੁਸੀਂ ਕਿਹੜਾ ਘਰ ਹੁੰਦੇ ਹੋ? ਮੈਂ ਘਰ ਹੀ ਹੁੰਦਾ, ਤੂੰ ਮੈਨੂੰ ਘਰੋਂ ਬਾਹਰ ਕਿਉਂ ਕੱਢੀ ਜਾਂਦਾ? ਉਹ ਆਪੇ ਡਰਾਈਵਰ ਲੈ ਕੇ ਆਏਗਾ ਜੀ। ਲੈਣ ਕਿਉਂ ਨਹੀਂ ਆਇਆ ਕਾਲਜ? ਮੈਂ ਲੈਣ ਘਟਾ ਜਾਵਾਂ, ਮੇਰੇ ਜਾਣ ਤੋਂ ਪਹਿਲੇ ਉੱਥੇ ਲੈਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਹੈ, ਉੱਥੇ ਰਸ਼ ਹੀ ਇੰਨਾ ਪਿਆ। ਆਇਆ ਕਿਉਂ ਨਹੀਂ? ਤੈਨੂੰ ਪਤਾ ਨਹੀਂ ਉੱਥੇ ਮੁੰਡੇ ਛੇੜਦੇ ਨੇ। ਤੁਹਾਡਾ ਤੇ ਕਾਰੋਬਾਰ ਹੀ ਹੈ। ਕੈਸੀ ਤਾਲੀਮ ਬੇਟੇ, ਕੈਸੀ ਜਾ ਰਹੀ? ਅੱਬਾ ਜੀ ਮੇਰਾ ਇਕਨੋਮਿਕਸ ਦਾ ਪੇਪਰ ਬਹੁਤ ਅੱਛਾ ਹੈ। ਅੱਛਾ ਮਾਸ਼ਾਅੱਲਾ, ਇਹਨਾਂ ਵਰਦੀਆਂ ਚ ਦੁਪੱਟਿਆਂ ਚ ਕਿੰਨੀਆਂ ਸੋਹਣੀਆਂ ਲੱਗਦੀਆਂ ਜੇ। ਕਾਸ਼ ਬੁਰਖੇ ਵੀ ਪਾ ਲਓ, ਸਾਡੀ ਇੱਜ਼ਤ ਵੱਜ। ਪਰ ਤੁਸੀਂ ਨਹੀਂ ਵਧਾ ਸਕਦੀਆਂ, ਤੁਸੀਂ ਬੁਰਖੇ ਪਾ ਕੇ ਵੀ ਪੀਸੀ 'ਚ ਸ਼ਰਾਬ ਕੱਢ ਲਿਆ। ਅੱਛਾ ਜੀ ਇਹ ਜਿਹੜੇ ਕੱਲ੍ਹ 'ਚ ਤੁਸੀਂ ਪੜ੍ਹਦੇ ਹੋ, ਤੁਹਾਡੀ ਬੈਕਗ੍ਰਾਊਂਡ ਵੇਖੀਏ, ਤੁਹਾਡੀ ਯੂਨੀਵਰਸਿਟੀ ਤੇ ਹੀਰਾ ਮੰਡੀ ਹੋਏਗੀ। ਉਹ ਯੂਨੀਵਰਸਿਟੀ ਜਿਹੜੀ ਤੇਰੀ ਮਾਂ ਦੀ ਸੀ ਨਾ? ਅੰਮੀ ਗੁੰਗੇ ਸਨ, ਉਹ ਨਹੀਂ ਪੜ੍ਹੇ। ਜੇ ਅੰਮੀ ਸੁਣਿਆ ਗੁੰਗੇ ਸੀ ਫਿਰ ਤੇ ਉਹਨਾਂ ਨੇ ਹੱਸ ਹੱਸ ਕੇ BA ਕੀਤਾ ਹੋਣਾ। ਚੌਰੀ ਦਾ ਵੱਡਾ ਜਵਾਈ ਆ। ਅੱਛਾ ਜੀ ਆਪਣਾ ਕੋਈ ਸਬਜੈਕਟ ਜਿਹੜਾ ਖੋਲਦੇ ਹੋ ਪੇਪਰ ਇੰਗਲਿਸ਼ 'ਚ, ਉਹ 'ਚ ਘੁੰਗਰੂਆਂ ਦਾ ਜ਼ਿਕਰ ਹੁੰਦਾ ਹੋਵੇ, ਮੰਜੀ 'ਚ ਡਾਂਗ ਫੇਰਦਾ ਸੁੱਤੀ ਨੂੰ ਰਗੜਾ ਫੇਰ ਗਿਆ। ਪੜ੍ਹਾਈ ਨਹੀਂ ਕਰ ਰਹੀ ਮੈਂ, MA ਕਰ ਰਹੀ ਹਾਂ। ਇਹ ਕਿਹੜਾ ਸਬਜੈਕਟ ਹੈ ਸਾਲੇ? ਬਲਕਿ ਮੈਂ ਡਬਲ MA ਕਰ ਰਹੀ ਹਾਂ। ਪਹਿਲਾਂ ਤੇਰੇ ਕੋਲ ਗਲਤ ਹੋ ਗਿਆ ਸੀ, ਪਹਿਲੇ ਤੈਨੂੰ ਸਦੀਕ ਦਾ ਮੁੰਡਾ ਕਰਾ ਕੇ ਦਿੱਤਾ, ਉੱਥੋਂ ਨਿਕਲ ਗਿਆ। ਤੁਸੀਂ ਵੀ ਪੜ੍ਹ ਰਹੇ ਹੋ ਬੇਟਾ ਜੀ? ਤੁਹਾਡੀ ਕੈਸੀ ਸਟੱਡੀ ਜਾ ਰਹੀ? ਅੱਬਾ ਜੀ ਮੇਰੀ ਬਹੁਤ ਅੱਛੀ ਜਾ ਰਹੀ ਹੈ, ਮੇਰੀ ਗੱਲ ਸੁਣਾ, ਮੇਰੇ ਬੁਆਏਫ੍ਰੈਂਡ ਨਾਲ ਮੈਨੂੰ ਮਿਲਣ ਦਿਓ ਨਾ। ਬੇਟੇ ਮੈਂ ਡਰਾਮੇ 'ਚ ਤੁਹਾਡਾ ਅੱਬਾ ਬਣਿਆ ਹੋਇਆ, ਤੁਹਾਡੀ ਮਿਹਰਬਾਨੀ ਹੈ।
ਭੈਣ ਜੀ ਵਜਣ ਦੇ ਕੀ ਲੱਭਣਾਈ ਖਾਰੇ ਕਾਨੂੰਨ ਅੰਨਾ ਹੁੰਦਾ ਹੈ ਇੱਧਰ ਆ ਲੈ ਵੀ ਸਲਾਮ ਜਨਾਬ ਬੇਲੀ ਕਿੱਥੇ ਹੋ ਇੱਧਰ ਥੱਲੇ ਕਰ ਲੈ ਹਾਂਜੀ ਉਹ ਤੂੰ ਚਲੀ ਰਹਾ ਪੈਟਰੋਲ ਪੰਪ ਤੇ ਡਬਲ ਸ਼ਿਗਰ ਪੀ ਰਿਹਾ ਸੀ ਇੱਧਰ ਆ ਜਾਓ ਓਏ ਨੂ ਓਏ ਇੱਧਰ ਆ ਕਾਰਟੂਨਾਂ ਦੇ ਹੀਰੋ ਅਸੋ ਨੂੰ ਵੀ ਵਾਲਕਮ ਸਲਾਮ ਕੀ ਆ ਗਿਆ ਸਾਹਿਬ ਪੀਨੋ ਸਿੱਧੀ ਆਵੇ ਕੇ ਪੁੱਠੀ ਆਵੇ ਔਰ ਜਿੱਡਾ ਤੁਹਾਡਾ ਕਹਿ ਦੇ ਨਾ ਜਨਾਬ ਤੁਸੀਂ ਲੱਕ ਤੇ ਚੂਨਾ ਮਾਰ ਕੇ ਲਹਾ ਲਓ ਸ਼ਾਹਕੋਟ 90 ਕਿਲੋਮੀਟਰ ਆਇਆ ਤਾਂ ਮੈਂ ਕੁਝ ਹੋਰ ਕਰਨ ਸਾਂ ਪਰ ਮੈਨੂੰ ਲੱਗਦਾ ਕੁਝ ਹੋਰ ਕਰਨਾ ਪਏਗਾ ਓਏ ਉਹ ਭੈਣਾ ਦੇ ਸਿਰ ਤੇ ਭਰਤੀ ਹੋਣ ਵਾਲੇ ਆ ਅੱਛਾ ਮੈਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਚੌਧਰੀ ਸਾਹਿਬ ਇਹਨਾਂ ਨਾਲ ਛੇਤੀ ਗੱਲ ਕਰ ਲਓ ਹਾਂਜੀ ਇੱਧਰ ਦੇਖੋ ਉਹ ਛੇਤੀ ਗੱਲ ਮੁਕਾ ਲਓ ਜਿਹੜਾ ਸਾਡਾ ਇਲਾਕਾ ਸਾਡੇ ਨੂੰ ਹੁਣੇ ਅੱਗ ਲੱਗ ਜਾਣੀ ਮਾਈ ਦੇ ਕੋਲੋਂ ਹੋਰ ਕੋਈ ਖਾਣਾ ਪੀਣਾ ਜਲਦੀ ਨਾਲ ਨਾ ਲੈਗ ਪੀਸ ਮੰਗਵਾ ਲਓ ਕੀ ਮੰਗਾ ਲਾਂ ਉਹਦੀ ਵੀ ਹੱਡੀ ਚ ਸੁਰਾਖ ਕਰਕੇ ਗੱਲੇ ਚ ਪਾਇਆ ਸੀ ਆ ਮੈਂ ਖਾਤਾ ਆ ਮੈਂ ਖਾਤਾ ਕੀ ਹੋਇਆ ਲੰਮੀਆਂ ਪਾ ਕੇ ਨਾ ਕਦੋਂ ਚੋਰੀ ਇਹਦੀ ਵਾਸ ਤੇਰੇ ਨਾਲ ਬੜੀ ਮਿਲਦੀ ਵੀ ਤੇਰੀ ਵੱਡੀ ਧੀ ਆ ਵੈਸੇ ਮੇਰਾ ਆਉਣ ਜਾਣ ਥੋੜੇ ਲਿਓ ਦਿਓ ਅੱਛਾ ਇਹਨਾਂ ਦਾ ਕੁਝ ਖਾਣ ਲਈ ਲੈਣਾ ਮੈਂ ਤਾਂ ਧੋਤੀਆਂ ਲੈ ਲਓ ਵੱਡੇ ਭਰ ਦੀਆਂ ਖੁੱਲੇ ਨੀ ਹੈਗੇ ਕਿਉਂ ਮਾਂ ਮਰ ਗਈ ਜਾਓ ਜੀ ਤੁਸੀਂ ਅੰਦਰ ਜਾ ਕੇ ਮੇਰੀ ਬੱਚੀ ਦੀ ਫਾਸ ਕਰੋ ਜਾਓ ਦੇਖ ਲਈ ਕਿਤੇ ਵਾਕਈ ਕਾਨੂੰਨ ਅੰਨਾ ਨਾ ਹੋਵੇ ਸਾਰੇ ਤੈਨੂੰ ਚੰਬੜ ਦੇਣਾ ਅੱਛਾ ਕਾਕਾ ਉਹ ਕਿੱਥੇ ਬਦਮਾਸ਼ ਨਹੀਂ ਆਏ ਹੁਣ ਤੱਕ ਖਾਲੀ ਪੇਟ ਆ ਕੀ ਕਰਨ ਡੇ ਚਾਰ ਚਾਵਾਂ ਤੇਜ਼ ਬਤੀ ਦੀ ਮਨਾ ਕਰਕੇ ਆ ਦੋ ਚਾਵਾਂ ਤੇਜ ਪੱਤੀ ਦੀਆਂ ਉੱਥੇ ਪੀ ਕੇ ਆ ਅੰਗਰੇਜ਼ੀ ਅੰਕਲ ਕਹਿੰਦੇ ਖਾਮਦ ਨੂੰ ਅਕਲ ਨਾ ਮੌਤ ਤੈਨੂੰ ਤੇ ਮੈਨੂੰ ਤਾਇਆ ਤੂੰ ਕਹਿ ਲੋ ਮੈਂ ਦੂਸਰਾ ਖਾਮਦ ਹੋ ਜਾਂਦਾ ਦੋ ਨੰਬਰ ਘਰ ਯਹੀ ਹੈ ਹਾਂਜੀ ਮੈਂ ਤਾਂ ਆਪ ਚਾਹ ਲੈ ਦਾ ਮੁੰਡਾ ਭਾਂਡੇ ਲੈਣ ਆਇਆ ਲੱਗਦਾ ਆਪਨੇ ਮੁਝੇ ਪਹਿਚਾਨਾ ਨਹੀਂ ਨਹੀਂ ਪਹਿਚਾਨ ਲਿਆ ਸਾਡੀ ਕੁੜੀਆਂ ਦੀ ਦੋਸਤ ਹੀ ਹੈ ਇਹ ਕਲੀ ਦੇ ਨਾਲ ਇਹਦਾ ਘਰ ਨਹੀਂ ਹੈਗਾ ਰੀਅਲੀ ਆਓ
मैं ले गया है मेनू कढ़न दे ओके आप मेरी बच्चियों की सहेली हैं हां ये कौन है मैं इधर नौकर हूं ते इन्हां नु मैं मालिक रखया हां जी मालिक ही हो सर जी मालिक रखया ये मुलाजिम है मेरे कहां है मेरी दोस्त कहां है अंदर है जी जी वो जरा परेशानी दे मसले च ने उन्हां दा हल कढ लिया मैं क्या हुआ वो है को घरेलू मसला चोरी दे ज़हन ते बणी कोई हां जी ते शाही ला दे कोई बात नहीं मुझे बताए मैं सब ठीक कर दूंगी इको साच दसो मैं कहती हूं कि तेरा लेला हो एडा जज्बाती होने की कड़ी लोड़ मैं तो हल्का जहा नहीं किया टेंशन मत लो उठो मैं तो तुझे मैं तू तंग आ ओए नवी आप कड़ी ला अरे इको साच दसो दूसरा तेन आना नहीं पहले पिछले पैसे दे इको साच दसो कि साडी जमानत किने कराई है ओ मैं कराई है जूझ बजूझ क्यों कराई साडी जमानत की होया काका चंगे भले असि जेल च सेट गए सी ले ओने जेल नु इंग्लैंड समझिया ओ कम से कम उथे बत्ती तरी ना जांदी सी ना बत्ती जांदी ही ना पेट्रोल महंगा हुंदा सी उथे पंप लगा अंदर पंप लगा अंदर ये बदमाश है हेलो देखो मुझे कुछ मत कहना इनु ए नहीं पता 7 साल कैदे बा मुशक्कत काट के आए हैं सी ते सानू इस टाइम बिल्कुल रेडी लग रही है ए कैसी गल है भी ए रेडी लग रही है ए टैडी लग रही है ओए सही दस ओए ओ टैडी ए रेडी तेरी अम्मी ते नहीं शट अप यू 2 सफे वाली कॉपी ਇਹ ਤਾਂ ਮੈਨੂੰ ਪਿੱਛੋਂ ਵੀ ਜਾਣਦੀ ਆਪਣਾ ਦੇਖੋ ਦੇਖੋ ਮੁਝੇ ਕੁਝ ਮਤ ਕਹਿਣਾ ਓਏ ਕੁਝ ਕਹਿਣ ਦੇ ਨੇ ਮੈਨੂੰ ਬਚਾ ਲੈ ਕਿਤੇ ਇਹ ਵੀ ਤਾਂ ਨਹੀਂ 7 ਸਾਲ ਬਾਅਦ ਰਿਹਾ ਹੋ ਗਿਆ ਹੀ ਤੁਸੀਂ ਇੱਧਰ ਆ ਜਾਓ ਕੁਝ ਨਹੀਂ ਕਹਿੰਦੇ ਤੁਹਾਨੂੰ ਰੌਲਾ ਕਰਦਾ ਰਹੋ ਓ ਬਿਸਮਿਲਲਾ ਚਾਚਾ ਜੀ ਜੀ ਤੁਹਾਨੂੰ ਕਿੰਨੇ ਕਿਹਾ ਸੀ ਐਡਾ ਖੁੱਲਾ ਚੀਰ ਕੱਢੋ ਓਏ ਕੌਣ ਹੈ ਖੋਤੀ ਦਾ ਬੱਚਾ ਓਏ ਇਹ ਮੇਰਾ ਮਾਲਕ ਹੈ ਜੀ ਮੇਰਾ ਮਾਤਾ ਨੂੰ ਸੱਦਿਆ ਨਾ ਤਾਰੂ ਕਰਾਉਣ ਨੂੰ ਲੱਗ ਗਿਆ ਪਤਾ ਉਹ ਮਾਫ ਕਰਨਾ ਚਾਚਾ ਜੀ ਮੈਂ ਪਛਾਤਾ ਨਹੀਂ ਸੀ ਇਹ ਮੇਰਾ ਸਾਥੀ ਹੈ ਜੀ ਕੌਣ ਆ ਜੀ ਹੈ ਹਾਂ ਇਹਦਾ ਸਾਥੀ ਹੈ ਹੀ ਦੇਖੋ ਬਦਮਾਸ਼ ਜੀ ਹਾਂ ਜੀ ਆਪ ਬਦਮਾਸ਼ ਹੈ ਹਾਂ ਜੀ ਮੈਨੂੰ ਆਪਣੀ ਬਦਮਾਸ਼ੀ ਦਿਖਾਓ ਨਾ ਤੈਨੂੰ ਸਮਝਾ ਲੈ ਮੈਂ ਕਹਿੰਦਾ ਕਿ ਬੱਤੀ ਵੀ ਨਹੀਂ ਅੱਜ ਜਾਣ ਦਈ ਦਲੀਲ ਦਿਆ ਬੱਚਿਆ ਕਾਰ ਤੂੰ ਹੀ ਨੰਦਨਾ ਕਰ ਮੈਂ ਵਾਪਸ ਚੱਲੇ ਯਾਰ ਮੇਰਾ ਪੈਰ ਬੰਨ ਸਕੇ ਯਾਰ ਚਲੋ ਕੋਈ ਤੂੰ ਆ ਜਾ ਮੈਂ ਤੁਹਾਡੇ ਮੂੰਹ ਤੋਂ ਮਾਫ ਕਰਨ ਲੱਗਾ ਪੁੱਛੋ ਕਿਉਂ ਕਿਉਂ ਤੁਹਾਡਾ ਕੋਲ ਅਚੀਰ ਮੈਨੂੰ ਪਸੰਦ ਹੈ ਉਹ ਪਹਿਲੇ ਇੱਧਰ ਨਹੀਂ ਲੱਤ ਸੀ ਇੱਧਰ ਲੈ ਸੀ ਹਾਂ ਇਹ ਕਰ ਲੈਨੇ ਆ ਦੁਬਾਰਾ चार सार्जेंट कहिंदा तैनूं हाथ ते तां रुकिया नहीं कहिंदा पिछे एक बंदे ने बांध दित्ती मैं तां नहीं रुकिया इहदी बीवी दौड़ गई इह फिर अपनी लाया ओ मेरा यार बेइज्जत होया अगे बड़ा नैप नाजम लगे मेरी गल फिर भी उथे ही है तेरी भैन भी सुनया जे उथे ही है हां डाला डिकन डाकू दी भैन नु चुक लागा 3 दिन बाद भैन वापस आई मैं कहा सनाज इज्जत बच गई कहदा हां मैं कहो किवें कहंदा डाकू पठान सन एनु किवें पता होए ए मेरे तो पहले उथे अपनी लैन गया सी मैंने दसया एनु जुगत नहीं करनी और एनु खुरक करनी ओए बेवकूफा ए अपना बचपन दा यार है बच्चो हां बाथरूम में बैठा था घंटे बाद याद आया पजामा तो लाया ही नहीं ओ
ਮਹੱਲੇ ਚ ਨਵਾਂ ਕਾਟਨ ਦਾ ਸੂਟ ਪਾ ਕੇ ਤੇ ਭਰਾ ਫੇਰੇ ਕਲਫ ਲੱਗਾ ਨਵਾਂ ਸੂਟ। ਮੈਂ ਕਿਹਾ ਖੈਰ ਨਵੇਂ ਸੂਟ ਪਾਏ, ਕਹਿੰਦਾ ਬਾਜੀ ਨਾਲ ਜ਼ਿਆਦਤੀ ਹੋਈ ਸੀ ਨਾ, ਅੱਜ ਜੀਓ ਵਾਲੇ ਆ ਰਹੇ ਨੇ। ਤਮੀਜ਼ ਨਾ ਰਹੀ ਸ਼ਰਾਰਤ ਵਾਲੀ ਉਂਗਲ ਸਾਡੀ ਵੀ ਸੁਣੋ, ਕਰ ਚੋਰੀ ਕਰ ਯਾਰ ਨੂੰ ਤੁਸੀਂ ਮੇਰੇ ਮੁਲਾਜ਼ਮ ਨੂੰ ਚੁਗਤਾ ਕਰੋ। ਮੈਂ ਅੱਗੇ ਚੋਰੀ ਥੋੜੀਆਂ ਕੀਤੀਆਂ ਜਦੋਂ ਆਇਆ। ਤੇਰੀ ਹਮਾਇਤ ਕਰਨ ਤੇ ਲਾਣਤ ਆ ਬਈ। ਚੱਲ ਯਾਰ ਇੱਕ ਅੱਧੀ ਤੇ ਫਿਰ ਉਹਦੀ ਹੋ ਗਈ ਜੀ। ਹੋ ਗਈ ਜੀ ਮੇਰੀ, ਹੋ ਗਈ। ਚਲੋ ਸੁਣ, ਅੱਛਾ ਜੀ ਹੋ ਗਈ ਮੇਰੀ। ਯਾਰ ਨਹੀਂ ਗਰੀਬ, ਹੋ ਗਈ ਮੇਰੀ। ਕਰੋ ਜੀ ਕਰੋ, ਹੋ ਗਈ ਇਹਦੇ। ਆਪ ਸਾਲਾ ਡਾਕਟਰ ਕੋ ਗਿਆ, ਡਾਕਟਰ ਜੀ ਆਖਦੇ ਦਾ। ਅੱਛਾ ਯਾਰ ਕੀ ਹੋ, ਓਏ ਹਾਲੀ ਗੱਲ ਪੂਰੀ ਤੇ ਹੁੰਦੇ। ਅੱਛਾ ਜੀ ਕਰੋ ਜੀ ਕਰੋ ਯਾਰ। ਹੋ ਗਈ, ਹੋ ਗਈ ਯਾਰ, ਮਿਹਰਬਾਨੀ। ਹੋ ਗਈ ਇਹਦੇ ਹੱਥ ਧੋ ਲੈ, ਮੈਂ ਰੱਜ ਗਈ। ਕਿਤੇ ਬੱਚੇ ਧੋਤੀ ਹਾਲੇ ਨਹੀਂ ਮਾਰੇ। ਮਾਫੀ ਯਾਰ, ਇਨਸਾਨ ਦਾ ਪੁੱਤਰ ਬਣ ਗਿਆ ਯਾਰ, ਇਹਦੇ ਬੱਚੇ ਤਰਾ ਕਰ ਦਿੱਤਾ। ਚਾਚੇ ਨਾਲ ਬਦਤਮੀਜ਼ੀ ਨਾ ਕਰੇ। ਚਾਚਾ ਜੀ ਤੁਹਾਡੀ ਸਲਵਾਰ ਥੱਲੋਂ, ਅਸੀਂ ਤੁਹਾਡੇ ਬੱਚੇ ਵਰਗੇ ਆ, ਸਾਨੂੰ ਨਾ ਉਲਾਲਾ ਉਲਾਲਾ। ਚਲੋ ਉੱਠ ਚਾਰੀ ਉੱਠ ਯਾਰ, ਓਏ ਹੁਣ ਆਪ ਸਾਲਾ ਡਾਕਟਰ ਕੋ ਗਿਆ, ਹੁਣ ਜਾ ਕੇ ਤੇ ਡਾਕਟਰ ਸਾਹਿਬ ਦਾੜ ਕੱਢ ਲੋਗੇ। ਉਹ ਕਹਿੰਦਾ ਮੈਂ ਵਿਹਲਾ ਹੀ, ਭਾਵੇਂ ਭੈਣ ਕਢਾ ਲਾ। ਆ ਜੀ ਇਹ ਚੋਰੀ ਵੇਖਿਆ ਨਾ, ਉਹ ਪੈ ਗਿਆ ਚੋਰੀ ਮੇਰਾ ਯਾਰ, ਪੈ ਗਿਆ ਕੁੱਤਾ, ਉਹ ਪੈ ਗਿਆ। ਚੱਲ ਫਿਰ ਕੁੱਤਾ ਹੀ ਸੁਹਾਗਰਾਤ ਤੇ ਆਪਣੀ ਬੀਵੀ ਨੂੰ ਕਹਿੰਦਾ ਜਾਨ ਤੁਹਾਨੂੰ ਸੁਹਾਗਰਾਤ ਦੇ ਬਾਰੇ ਕੁਝ ਪਤਾ? ਉਹ ਕਹਿੰਦੀ ਨਹੀਂ। ਕਹਿੰਦਾ ਕਦੀ ਗੰਦੀ ਫਿਲਮ ਨਹੀਂ ਵੇਖੀ? ਉਹ ਕਹਿੰਦੀ ਵੇਖੀ। ਕਹਿੰਦਾ ਬਾ ਉਹ ਹੀ ਹੋਣਾ ਸੀ ਤੇਰੇ ਨਾਲ। ਉਹ ਕਹਿੰਦੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਤੇ ਬਾਕੀ ਦੇ ਦੋ ਬੰਦੇ ਕਿੱਥੋਂ ਲਿਆਓਗੇ? ਚੋਰੀ ਅਸੀਂ ਤੇਰਾ ਨਮਕ ਖਾਧਾ, ਇੱਕ ਘਰ ਚ ਹੈਗਾ ਇੱਕ ਲੈ ਆ। ਆਪ ਹੀ ਸਾਰਾ ਸੁਹਾਗਰਾਤ ਲੈ ਆਪਣੀ ਬੁੱਢੀ ਨੂੰ। ਕਹਿੰਦਾ ਕਹਿੰਦਾ ਜਾਨੂ ਆਈ ਤੇਰੀ ਮੇਰੀ ਸੁਹਾਗਰਾਤ ਮੰਗ ਕੀ ਮੰਗ ਲਈ? ਉਹਨੇ ਤਕੀਏ ਥੱਲੋਂ ਫੋਟੋ ਕੱਢ ਕੇ ਦਿੱਤੀ, ਉਹਨੇ ਕਿਹਾ ਬੰਦਾ ਲਿਆ ਦੇ ਤੇ ਤੂੰ ਨਿਕਲ ਜਾ। ਇਹ ਸਾਲਾ ਉਸ ਦਿਨ ਦਾ ਸ਼ੇਖੂਪੁਰੇ ਮੈਨੂੰ ਲੱਭਣ ਆਇਆ। ਦੇਖਾ ਜੋ ਚਿਹਰਾ ਤੇਰਾ, ਮੌਸਮ ਵੀ ਪਿਆਰਾ। ਤੇਰਾ ਕੱਖ ਕੰਡਾ ਨਾ ਰਵੇ ਸੰਡਿਆ, ਜੇ ਹਲਕਾ ਜਿਹਾ ਵਜ਼ਨ ਪਾਈਦਾ ਤੂੰ ਪੂਰਾ ਮਲਬਾ ਹੀ ਮੇਰੇ ਤੇ ਸੁੱਟਦਾ। ਓਏ ਚਾਚਾ ਆਪਣੀ ਧੀ ਨੂੰ ਸਮਝਾਉਂਦਾ ਕਿਉਂ ਨਹੀਂ? ਹੋਣਾ ਕਿਹੜੀ ਮੇਰੀ ਧੀ ਆ ਜਵਾਨ ਹੋ ਕੇ ਜਹਾਜ਼ ਦੇ ਬੱਚੇ ਸਨਾਨੀ ਕੋਲ ਉੱਠਿਆ ਹੈ ਕਿ
ਨਾ ਪ੍ਰਹਲਾਦ ਦੇ ਆਉਂਦੇ ਤਾਂ ਬੰਦੇ ਢਾਉਣ ਲਈ ਮੈਂ ਸਮਝ ਗਿਆ ਕਿਹੜਾ ਚਾਹੀਦਾ ਚਾਹੀਦਾ ਖਾਲਾ ਜਿਹੜਾ ਸ਼ੌਕ ਨਾਲ ਕਹਿੰਦਾ ਦੇ ਦੇ ਲਾ 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 ਨਾ ਕਰੀ ਹੋਸ਼ ਕਰ ਮਾਈ ਤੇਰੇ ਚ ਮਰਦਾਨਾ ਤਾਕਤ ਚਾਚਾ ਜੀ ਹਾਂਜੀ ਤੁਹਾਡੀ ਜ਼ਨਾਨੀ ਲੀਕ ਹੋ ਗਈ ਸਾਨੂੰ ਬੁਲਾਇਆ ਕਾਹਦੇ ਲਈ ਉਹ ਗੱਲ ਕਰੋ ਜੀ ਗੱਲ ਇਹ ਹੈ ਆ ਜਿਹੜਾ ਮੇਰੇ ਨਾਲ ਪੀਸੀ ਹੋਟਲ ਗਿਆ ਪੀਸੀ ਹੋਟਲ ਬਾਥਰੂਮ ਦਾ ਦਰਵਾਜ਼ਾ ਖੋਲ ਕੇ ਅੰਦਰ ਗਿਆ ਅੰਦਰ ਉਹਨਾਂ ਫਰਨੈਲ ਦੀ ਗੋਲੀਆਂ ਰੱਖੀਆਂ ਗੋਲੀ ਚੁੱਕ ਕੇ ਮੂੰਹ ਚ ਪਾ ਕੇ ਤਾਂ ਤੁਹਾਡੀ ਭੈਣ ਨੂੰ ਹੁਣ ਤਾਂ ਮਖਾਣੇ ਫਿੱਕੇ ਆਉਣ ਲੱਗ ਗਏ ਨਾ ਅੱਛਾ ਖੁਦਾ ਦੀ ਕਸਮ ਲਓ ਜੀ ਮੈਂ ਸਮਝਿਆ ਮੈਨੂੰ ਕਹਿ ਰਿਹਾ ਉਹ ਚਵਲਾ ਤੈਨੂੰ ਹੀ ਕਹਿ ਰਿਹਾ ਅੱਲਾ ਦੀ ਕਸਮ ਸਾਡੇ ਨਾਲ ਫੈਸਲਾ ਕਰੋ ਨਹੀਂ ਤੇ ਅਸੀਂ ਜੇਲ੍ਹ ਵਾਪਸ ਚੱਲੇ ਕਾਕਾ ਗੱਲ ਇਹ ਹੈ ਅਸਲ ਮੌਕਫ ਤੇ ਆਈਏ ਕਿਹੜੇ ਕਿਹੜੇ ਕੇਸ ਚ ਤੁਸੀਂ ਗਏ ਹੋ ਅਸੀਂ ਕਿਹੜੇ ਕਿਹੜੇ ਕੇਸ ਚ ਫੜ ਗਏ ਅਸੀਂ ਦੋਵੇਂ ਭਰਾ ਮੈਕਡੋਨਲਡ ਚ ਲੱਗੇ ਸੀ ਤੇ ਵੇਖ ਲਿਆ ਉਹਨਾਂ ਨੇ ਚੰਬੇਲੀ ਬਦਮਾਸ਼ ਨੇ ਕਿਹਾ ਵੀ ਮੈਂ ਤੇਰੀਆਂ ਕੁੜੀਆਂ ਲੈ ਜਾਣੀਆਂ ਚੱਕ ਕੇ ਮੇਰੀਆਂ ਦੋ ਪਿੱਛੇ ਗੱਲ ਨਾ ਵਧਾ ਦੂਸਰਾ ਹਫ਼ਤਾ ਸ਼ੁਰੂ ਹੋਣਾ ਠੀਕ ਹੈ ਤੇ ਉਹ ਮੈਂ ਚਾਹੁੰਦਾ ਵੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ ਮੇਰੀ ਧੀਆਂ ਦੀ ਇੱਜ਼ਤ ਤੇ ਹਰਫ਼ ਨਹੀਂ ਆਉਣਾ ਚਾਹੀਦਾ ਬੋਲ ਚਾਚਾ ਜੀ ਨਹੀਂ 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 ਚਾਚਾ ਜੀ ਸਿੱਧੀ ਸਿੱਧੀ ਗੱਲ ਹੈ ਵੀ 40 ਲੱਖ ਰੁਪਈਆ ਲੱਗਣਾ ਜੀ ਚਲੋ ਜਾਓ ਚੁੱਕੀਆਂ ਜਾਣ ਦਿਓ ਕੁੜੀਆਂ ਛੱਡ ਦਿਓ ਚਾਚਾ ਜੀ ਉਹਦੇ ਮੂੰਹ ਨਿਕਲ ਗਿਆ ਛੱਡ ਦਿਓ ਰੁਪਈਆ 20 ਲੱਖ ਤੁਸੀਂ ਜ਼ਿੰਦਗੀ ਸਾਡਾ ਸਭ ਤੋਂ ਘੱਟ ਪੈਸਿਆਂ ਦਾ ਕੰਮ ਹੋਏਗਾ ਯਾਰ ਦੀ ਖਾਤਰ ਮੈਨੂੰ ਤਾਂ ਬੋਲੋ ਪੈਸੇ ਕਿੰਨੇ ਦਿਆਂ 20 ਲੱਖ ਕਾਕਾ ਦੋ ਮੇਰੀਆਂ ਧੀਆਂ 10-10 ਲੱਖ ਜੀ ਤਾਂ ਮੈਨੂੰ ਘਰ ਨਹੀਂ ਪੈਂਦੀਆਂ ਤੈਨੂੰ ਬਹੁਤੀ ਚਲਦੀ ਆ ਚਾਚਾ ਜੀ ਠੀਕ ਹੈ ਵੈਸੇ ਗੱਲ ਕੀਤੀ 20 ਲੱਖ ਗੱਲ ਇਹ ਵੀ ਮਿਸਾਲ ਦੇ ਤੌਰ ਤੇ ਅਗਰ ਮੇਰੀਆਂ ਕੁੜੀਆਂ ਫੇਰ ਵੀ ਚੁੱਕੀਆਂ ਗਈਆਂ ਤਾਂ ਫੇਰ ਹਾਂ ਫਿਰ ਤੂੰ ਸਾਡੀਆਂ ਚੁੱਕ ਲਿਆ ਕਿੰਨੇ ਜਿੰਨਾ ਮਰਜ਼ੀ ਖੁੱਲਾ ਚੀਰ ਕਰ ਲਾ 20 ਲੱਖ ਰੁਪਈਆ ਮੇਰੀ ਧੀਆਂ ਦੀ ਇੱਜ਼ਤ ਤੋਂ ਮੈਂ ਕੁਰਬਾਨ ਕਰਦੇ ਹਾਂ 20 ਲੱਖ ਰੁਪਈਆ ਮੇਰੀ ਹਸੀਅਤ ਮੁਤਾਬਕ ਕੀ ਹੈ ਠੀਕ ਹੈ ਨਹੀਂ ਦੇਣੇ ਮੈਂ ਜਾਓ ਕਿੱਥੇ ਸਾਡਾ ਸੌਦਾ ਖਰਾਬ ਕਰਾ ਰਿਹਾ ਚੰਗਾ ਪਤਾ ਸੀ ਉੱਥੇ ਕੋਠੀ ਦੀ ਮਜ਼ਦੂਰੀ ਗੱਲ ਸੁਣ
20 lakh ਰੁਪਏ ਡਨ ਹਾਂਜੀ ਜ਼ਬਾਨੀ ਦੱਸੋ ਕਿੰਨੇ ਸੌਦਾ 20 ਲੱਖ ਰੁਪਏ ਡਨ ਡਨ ਜੀ 1000 ਰੁਪਏ ਐਡਵਾਂਸ ਕੰਮ ਸ਼ੁਰੂ ਕਰੋ ਕਰੋ ਸ਼ੁਰੂ 1000 ਰੁਪਏ ਮਾਰ ਦੇ ਮੂੰਹ ਤੇ ਯਾਰ ਕਿ ਯਾਰ ਤੂੰ ਸਾਡੀ ਹੈਸੀਅਤ ਦੀ ਬੇਇੱਜ਼ਤੀ ਕਰ ਰਹੇ 1000 ਰੁਪਏ 20 ਲੱਖ ਦਾ ਐਡਵਾਂਸ ਹੋਰ ਕੀ ਧੰਦੇ ਦੇ 200 ਰੁਪਏ ਹੋਰ ਦੇ ਯਾਰ ਨਹੀਂ ਇਹ ਘਰ ਪੈਸੇ ਛੱਡ ਆਈ ਦਫਾ ਹੋ ਇਥੋਂ ਓਏ ਹੁਣ ਸੌਦਾ ਆਇਆ ਆਪਣਾ ਇਹ ਕੋਣ ਇਹ ਭਾਬੀ ਹੈ ਤੇਰੀ ਤੇ ਮੇਰੀ ਬੇਗਮ ਆ ਓਏ ਇਹ ਤੇਰੀ ਬੀਵੀ ਹੈ ਹਾਂਜੀ ਮੇਰੀ ਬੀਵੀ ਹੈ ਉਹ ਤੇਰੀ ਬਣ ਇਹਦਾ ਤੇ ਦੱਸੇ ਨਹੀਂ ਕਦੀ ਤੂੰ ਇਹ ਤੇਰੀ ਬੀਵੀ ਹੈ ਹਾਲਾਂਕਿ ਤੇਰਾ ਤੇ ਆਪਣਾ ਖਾਵਾਂ ਆਰਡਰ ਸੀ ਪੁੱਛ ਲੱਗਾ ਸੀ ਉਹਨਾਂ ਨੇ ਕੱਢ ਭਾਬੀ ਸਲਾਮੀ ਦੇ ਇਹ ਫੌਜ ਚ ਸੂਬੇਦਾਰ ਲੱਗੀ ਆ ਇਹ ਵੀ ਪਹਿਲੇ ਫੌਜ ਚ ਸੀ ਫਿਰ ਇਹਨਾਂ ਦੇ ਘਰ ਮੌਜ ਚ ਸੀ ਜੰਗ ਦੇ ਦੌਰਾਨ ਕੈਪਟਨ ਨੇ ਫੋਨ ਕੀਤਾ ਹੈਲੋ ਕੀ ਬਣਾ ਕਹਿੰਦਾ 33 ਤੇ 2 ਆਊਟ ਨੇ ਭਾਈ ਲੈ ਇਹ ਤੁਸੀਂ ਤੇ ਭਾਬੀ ਜਿਸ ਕਮਰੇ ਸੋਵੋਗੇ ਨਾ ਮੈਂ ਤੁਹਾਡੇ ਨਾਲ ਸੋਵਾਂਗਾ ਉਹ ਸਾਡੇ ਕੋ ਨਹੀਂ ਇੰਨੀ ਜਗ੍ਹਾ ਸੀ ਆਪ ਦੋਵੇਂ ਜੀ ਖਲੋ ਕੇ ਸੌਨੇ ਆ ਅੱਛਾ ਖਲੋ ਕੇ ਤੂੰ ਤੇ ਸੌ ਜਾਂਦੇ ਐਡੇ ਬਿਮਾਰ ਹੋ ਤੁਸੀਂ ਆਹ ਜੀ ਹਾਂ ਤੁਹਾਨੂੰ ਚਲੋ ਮੇਰੀ ਸਹੇਲੀਆਂ ਕਿੱਥੇ ਆ ਜਾ ਓਏ ਬਾਬਾ ਤੁਸੀਂ ਕਿੱਥੇ ਹੱਥ ਕਰੀ ਲਾਓ ਅੰਦਰ ਆਪਣਾ ਕੰਮ ਕਰ ਰਹੀ ਓ ਡੈਡੀ ਓਏ ਹਾਂਜੀ ਚੱਲ ਇਧਰ ਆ ਬੁੱਤ ਇਕੱਠਾ ਜਾ ਲੈ ਕਾਕਾ ਲੜ ਨਾ ਪੈਣ ਕਿ ਤੂੰ ਬੰਦੇ ਮਾਕੂਲ ਲਿਆ ਲੇਕਿਨ ਮੈਂ ਵੀ ਤੇਰੀ ਇੱਜ਼ਤ ਰੱਖੀ ਹੈ ਮਿਹਰਬਾਨੀ ਮੈਂ ਅੱਧੇ ਤੋਂ ਬਹੁਤੇ ਐਡਵਾਂਸ ਦੇ ਦਿੱਤੇ ਵਾਹ 20 ਲੱਖ ਤੇ 1100 ਦੇ ਹਾਂਜੀ ਬੜੀ ਇਹਨਾਂ ਤੇ ਨਜ਼ਰ ਰੱਖਣੀ ਵੀ ਕਿਤੇ ਨਿਕਲ ਨਾ ਜਾਣ ਪੈਸਾ ਲੈ ਕੇ ਤਾਲਾ ਲਾਇਆ 1500 ਤਾਂ ਬਾਹਰ ਤਾਲਾ ਲਾਇਆ ਵੈਰੀ ਗੁੱਡ ਅੱਛਾ ਕੀ ਤਾਂ ਓਏ ਇਹ ਵੀ ਤੁਹਾਡਾ ਘਰ ਹੈ ਲੈ ਹੋਰ ਗਲੀ ਕੱਢੀ ਅਸੀਂ ਕੋਠੀ ਹੈ ਸਾਡੀ ਓਏ ਅੰਦਰ ਤੇ ਬੜਾ ਫਰੂਟ ਪਿਆ ਫਰੂਟ ਮੰਡੀ ਦਾ ਕੰਮ ਕਰਦੇ ਹੋ ਉਹ ਨਹੀਂ ਉਹ ਜੁਮੇ ਦੇ ਜੁਮੇ ਬੱਚੀਆਂ ਦੇ ਦੋਸਤ ਆਉਂਦੇ ਆ ਉਹ ਲੈ ਆਉਂਦੇ ਨੇ ਉਹ ਦੋ ਤਿੰਨ ਮੁੰਡੇ ਕਿਹੜੀਆਂ ਬੱਚੀਆਂ ਦੇ ਦੋਸਤ ਆਉਂਦੇ ਉਹ ਬੱਚਿਆਂ ਦੇ ਦੋਸਤ ਕਿਹਾ ਨਹੀਂ ਜੁਗਲ ਨਾ ਵਦਾ ਸੋਨੂੰ ਦਾ ਤਾਂ ਕੰਦਲ ਨਹੀਂ ਜੇ ਉਹ ਪਾਰਾ ਓਏ ਕੇਲਾ ਪਹਿਲੇ ਖਾਲਾ ਖਾਲਾ ਨਾ ਕੱਢ ਮੋਰ ਤੇਰਾ ਉਹ ਤੂੰ ਕੇਲਾ ਖਾਤੇ ਨਹੀਂ ਆ ਖਾ ਤੂੰ ਕੇਲਾ ਖਾ ਪਹਿਲੇ ਹੁਣ ਜਿਹੜਾ ਆਏਗਾ ਉਹ ਨਹੀਂ ਛੱਡਦਾ ਹਾਂ ਮੈਂ ਤਾਂ ਖਾਲਾ ਕੱਢ ਰਿਹਾ ਮੈਂ ਸਰ ਦਾਤਾ ਜੀ ਨਾ ਕਰ ਚਾਚਾ ਜੀ ਨਾ ਕਰ ਯਾਰ ਕੀ ਕਰਨਾ ਕੀ ਹੋਇਆ ਕੀ ਹੋਇਆ ਮੈਨੂੰ ਲੱਗਦਾ ਅੰਦਰ ਜਾ ਕੇ ਕੇਲਾ ਸਿੱਧਾ ਹੋ ਗਿਆ ਯਾਰ ਨਾ ਕਰੀ ਬਾਸ ਨੂੰ ਮੈਨੂੰ ਨਾਲ ਜਾਣਾ ਪੈਣਾ ਜ਼ਿਆਦਾ ਪ੍ਰੈਸ਼ਰ ਤੂੰ ਨਹੀਂ ਤੇ ਥੁੱਕ ਲਾ ਸਗੋਂ ਪਤਲਾ ਹੋ ਜਾਣਾ ਚਾਚਾ ਜੀ ਜਦੋਂ ਤੈਨੂੰ ਪਤਾ ਵੀ ਕੇਲਾ ਤਕਲੀਫ ਦਿੰਦਾ ਚਿੱਤ ਕੇ ਕਿਉਂ ਨਹੀਂ ਖਾਂਦਾ ਚਾਚਾ ਜੀ ਤੁਹਾਡਾ ਬਾਥਰੂਮ ਕਿੱਥੇ ਹੈ ਨਾਲ ਹੀ ਛੁਪਿਆ ਇੱਧਰ ਹੀ ਹਾਂਜੀ ਇਸ਼ਾਰਾ ਟੱਪ ਕੇ ਚੱਲ ਚਾਚਾ ਜੀ ਥੋੜ੍ਹੇ ਜਿਹਾ ਪਿੱਛੇ ਹੋ ਜਾ ਕੀ ਹੋਇਆ ਕੀ ਦਾ ਪ੍ਰੈਸ਼ਰ ਬੜਾ ਤੇ ਕਿੱਥੋਂ ਲੈ ਫੜ ਕੇ ਐਟਮਾਂ ਥੋੜਾ ਜਿਹਾ ਤੇ ਪਰੇ ਹੋ ਕੁਛ ਨੀ ਹੁੰਦਾ ਡਬਲ ਸਵਾਰੀ ਖੁਦ ਵੀ ਚੋਰੀ ਵੇਖੋ ਕਿੱਡਾ ਕਾਣੇ ਲਾਇਆ ਜਿਸ ਤਰ੍ਹਾਂ ਅੰਦਰ ਧੀ ਦਾ ਫੈਸਲਾ ਹੋਣ ਡਿਆ ਪਤਾ ਨੀ ਹੁਣੇ ਆਰਡਰ ਆਈ ਹੋਣੇ ਚੁੱਕ ਮੈਨੂੰ ਚੁੱਕ ਬੇਵਕੂਫਾ ਦੋ ਤੇ ਲੈ
ਦਿੱਤੀ ਗਈ ਏ ਨਹੀਂ ਸਰ ਨਹੀਂ ਕਿੰਨੇ ਭਰਾ ਦਿੱਤੀ ਏ ਆਰਾਮ ਨਾਲ ਸਿੱਧੇ ਉਧਰ ਨੂੰ ਗੱਲ ਓਏ ਉਧਰ ਨੂੰ ਗੱਲ ਥੋੜੀ ਹੋਰ ਪਾ ਦੋ ਬੰਦੇ ਯਾਰ ਚਵਲੇ ਸਮਝ ਨਹੀਂ ਆ ਰਹੀ ਉਹ ਨਾਮ ਹੈ ਯਾਰ ਅੱਛਾ ਦਾਲ ਪਾ ਦਾਲ ਪਾਤੀ ਲਓ ਜੀ ਫੇਰ ਰੌਲਾ ਪੈ ਗਿਆ ਕੀ ਹੋਇਆ ਮੈਂ ਕਿਹਾ ਮਸਲਾਂ ਦੀ ਪਾ ਉਹਨੇ ਛੋਲਿਆਂ ਦੀ ਪਾ ਨਹੀਂ ਯਾਰ ਸਹੀ ਕਰਨ ਜਿਹੜੀ ਕਰਨੀ ਹੋਟਲ ਤੇ ਆਇਆ ਤੂੰ ਹੋਟਲ ਤੇ ਸਿੱਧਾ ਨਾਲ ਆਪਣਾ ਸਹੀ ਨਾਲ ਹਾ ਦਿਲਦਾਰ ਦਿਲਦਾਰ ਲਿਖ ਲਿਆ ਚਲ ਕੇ ਪਿਓ ਦਾ ਨਾਲ ਆ ਸ਼ਮਸ਼ਾਦ ਨਜ਼ੀਰ ਬਸ਼ੀਰ ਰਫੀਕ ਸਾਦਕ ਨ ਅਗਰ ਤੂੰ ਮਿਲ ਜਾਓ ਜ਼ਨਾਨਾ ਛੋੜ ਦੇਗੇ ਸਲਾਮ ਅਲੈਕੁਮ ਵਾਲੇਕੁਮ ਅਸਲਾਮ ਚੱਠਾ ਸਾਹਿਬ ਚੱਠਾ ਕੌਣ ਚੱਠਾ ਆ ਨਲਕਾ ਲਗਾ ਓਏ ਆ ਹੀ ਚੱਠਾ ਅੱਛਾ ਡੋਂਗ ਮੇਰਾ ਮਤਲਬ ਇਹ ਕਿ ਮੈਨੂੰ ਇੰਨਾ ਨਹੀਂ ਪਤਾ ਕਿ ਸੁਹਾਗ ਰਾਤ ਨੂੰ ਕੀ ਹੁੰਦਾ ਹੈ ਉਹ ਹੁੰਦੀ ਕੀ ਹੈ ਸੁਹਾਗ ਰਾਤ ਹੈ ਜੀ ਆ ਜਿਵੇਂ 0 ਮੀਟਰ 7 ਦੀ ਕੋਲ ਆ ਹਾਂ ਅਤੇ ਕੋਈ ਸਾਚ ਫੈਸਲਾ ਬਾਅਦ ਜਾਣਾ ਤੇ ਆਉਣਾ ਲੈ ਮੈਨੂੰ ਕੁਝ ਸਮਝ ਨਹੀਂ ਆਈ
ਨਹੀਂ ਸਮਝ ਆਈ? ਨਹੀਂ ਸਮਝ ਆਈ। ਉਹ ਜਿਸ ਰਾਤ ਇੱਕ ਬੰਦਾ ਤੈਨੂੰ ਪੈਸੇ ਨਾ ਦਵੇ, ਹਾਂ ਸਮਝੀ ਬਈ ਸੁਹਾਗ ਰਾਤ ਆ। ਕੀ ਕਿਹਾ ਈ? ਹਾਂ ਕੀ ਕਿਹਾ ਈ? ਫੇਰ ਸਮਝ ਨਹੀਂ ਆਈ। ਬੜੀਆਂ ਸੋਟੀਆਂ ਲਈ ਫਿਰਦੇ ਹੋ। ਤੁਸੀਂ ਕੀ ਸਮਝਿਆ ਸੀ ਸਾਡੇ ਬੌਸ ਦੀ ਗੱਲ ਨਹੀਂ ਮੰਨੀ? ਤੁਹਾਨੂੰ ਲੈ ਮੌਲਾ ਦੀ ਦਾਤ ਹੈ। ਓਏ ਬਾਹਰ ਨਿਕਲੋ, ਓਏ ਸਾਡਾ ਭੈਣ ਆਇਆ। ਮੁਜ਼ੱਕਰ ਮੌਨਸ ਤੇ ਠੀਕ ਕਰ ਰਿਹਾ ਭੈਣ ਆਇਆ। ਓਕੇ ਮੈਂ ਕਹਿੰਦਾ ਸੀ ਆਪਣੇ ਬੌਸ ਨੂੰ ਪਹਿਲੇ ਬੁਲਾਉਣੇ। ਬੌਸ ਬੁਲਾ ਦਾ ਅੱਜ ਬੌਸ ਬੌਸ। ਤੂੰ ਬਾਜੀ ਚਮੇਲੀ ਦਾ ਪਿਆਰ ਵੇਖਿਆ ਨਾ, ਅੱਜ ਤੂੰ ਉਹਦੇ ਘਰ ਵਾਲਾ ਵੀ ਵੇਖੇਗੀ। ਠਹਿਰ ਦੇ, ਤੈਨੂੰ ਮੈਂ ਦੱਸਦਾ। ਬਾਹਰ ਨਿਕਲੋ, ਉਹ ਆ ਗਈ। ਇੱਧਰ ਆਵੇ, ਘੋੜਿਆਂ ਦੀ ਲਿੱਤ ਇਕੱਠੀ ਕਰਨ ਵਾਲਿਆ। ਅੱਡ ਚਮੇਲੀ ਦਾ ਹੋਵੇ ਤੇ ਤੂੰ ਅੱਡੇ ਤੇ ਬੱਚੀਆਂ ਕਿਉਂ ਨੀ ਪਚਾਈਆਂ? ਰਕਸ਼ਾ ਨੀ ਸੀ ਮਿਲਿਆ ਚਿਕਨੇ ਤੇ ਤੇ ਉੱਥੇ ਗੋਲੀ ਮਾਰ ਜਿੱਥੇ ਆਸਾਨੀ ਨਾਲ ਅੰਦਰ ਚਲੀ ਜਾਵੇ। ਲੇਟੋ ਮੁੱਦਾ ਮੁੱਦਾ, ਇਹਨੂੰ ਕਹੋ ਮੈਨੂੰ ਹੱਥ ਨਾ ਲਾਵੇ। ਕਿਉਂ? ਮੈਂ ਨਮਾਜ਼ ਵੀ ਪੜ੍ਹਨੀ ਹੁੰਦੀ ਹੈ, ਇਹਦੇ ਨਾਲ ਮੇਰੀ ਲੜਾਈ ਹੋ ਗਈ ਨਾ, ਹਿੰਦੂ ਮੁਸਲਮ ਦਾ ਫਸਾਦ ਸ਼ੁਰੂ ਹੋ ਜਾਣਾ। ਇਹਦੇ ਕੱਪੜੇ ਲਾਵੇ ਅੱਜ ਦਾ ਰੋਸ਼ਨ ਦਾਨ ਤੇ ਵੇਖੀਏ। ਕੱਪੜੇ ਲਾ ਕੇ ਇਹਨੂੰ ਮੁਹੱਲੇ ਦੇ ਵਿੱਚ ਅੱਜ ਵਿਸਤ ਕਰਾਂਗੇ, ਫਿਰ ਪਤਾ ਲੱਗੇਗਾ ਕਿ ਚੰਬੇਲੀ ਦਾ ਇੰਤਕਾਮ ਕੀ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਚੰਬੇਲੀ ਤੈਨੂੰ ਗੋਲੀ ਮਾਰੇ, ਕਲਮਾ ਨਾ ਪੜੀ ਹੋਏ, ਆਪਣੇ ਮਜ਼ਹਬ ਦੇ ਮੁਤਾਬਕ ਜੋ ਪੜ੍ਹਨਾ ਹੀ ਪੜ੍ਹਦਾ। ਸਾਡਾ ਕਲਮਾ ਨਾ ਪੜੀ ਇਹਨੇ ਲਾਂਤੀ ਨੇ ਚੋਰੀ ਕੀਤੀ ਬਾਜੀ। ਅੱਛਾ, ਮਹੱਲੇ ਵਾਲੇ ਨੇ ਤਾਂ ਮੂੰਹ ਕਾਲਾ ਕਰਕੇ ਖੋਤੇ ਦੇ ਪਾ ਕੇ ਪੂਰੇ ਮਹੱਲੇ ਦਾ ਚੱਕਰ ਲਵਾਇਆ। ਅੱਛਾ, ਉਹ ਖੋਤਾ ਵਿਚਾਰਾ ਥੱਕ ਗਿਆ, ਇਹ ਸ਼ਰਮਿੰਦਾ ਨਹੀਂ ਹੋਣ ਡਿਆ, ਉਲਟਾ ਖੋਤੇ ਨੂੰ ਕਹਿਣ ਡਿਆ ਤੇਜ਼ ਟੁਰ, ਤੂੰ ਤਾਂ ਇੰਜ ਟੁਰਨ ਡਿਆ ਜਿਵੇਂ ਤੇਰਾ ਮੂੰਹ ਕਾਲਾ ਹੋਇਆ। ਓਏ ਓਏ, ਕੀ ਗੱਲ, ਮੈਨੂੰ ਯਾਦ ਨਹੀਂ, ਗੱਲਾਂ ਇੱਥੇ ਬੜੀਆਂ ਕਰਨਾ। ਸਟ੍ਰਾਬੇਰੀ ਲਾ ਕੇ ਬਹਿ ਗਿਆ, ਸਟ੍ਰਾਬੇਰੀ ਲਾ ਕੇ ਬਹਿ ਗਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਰਿਹਾ, ਕੋਈ ਗਾਹਕ ਹੀ ਨਹੀਂ ਆਇਆ। ਇਹ ਨਾ ਹੀ ਭੁੱਲ ਗਿਆ ਮੈਂ ਕੀ ਵੇਚ ਰਿਹਾ। ਉਹ ਸ਼ਾਮ ਨੂੰ ਗਾਹਕ ਆਉਣਾ, ਕਿਹਾ ਗੱਲਿਆ ਕੀ ਵੇਚ ਰਿਹਾ, ਉਹਨੂੰ ਕਹਿੰਦਾ ਹੁਣ ਤੂੰ ਇਮਾਨਦਾਰੀ ਨਾਲ ਦੱਸ, ਤੇਰੇ ਮੂੰਹ ਦੇ ਹਿਸਾਬ ਨਾਲ ਸਟ੍ਰਾਬੇਰੀ ਬਣਦੀ? ਯਾਰ ਲੋਕਾਂ ਦੀ ਗੱਲ ਕਰ, ਕੋ ਸੜੇ ਨਾਨਾ ਦੀ ਕਰ। ਯਾਰ ਕੀ ਕਰਦੇ, ਆਪਣੀ ਮੱਝ ਚੋ ਕੇ ਉਹਦਾ ਦੁੱਧ ਉਸੇ ਮੱਝ ਨੂੰ ਪਿਆਤਾ। ਮੈਂ ਕਿਹਾ ਇਹ ਕੀ ਕੀਤਾ ਜੀ? ਕਹਿੰਦਾ ਪਤਲਾ ਦਿੱਤਾ, ਇੱਕ ਚੱਕਰ ਹੋਰ ਲਵਾਉਣ ਲੱਗੇ ਆ। ਸਾਦਗੀ 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 ਕਿਹੜੀ ਤਮੀਜ਼ ਨਾਲ? ਮੈਨੂੰ ਕਹਿੰਦਾ ਮੇਰੀ ਬੇਗਮ ਗਵਾਚ ਗਈ ਹੈ। ਮੈਂ ਕਿਹਾ ਥਾਣੇ ਰਿਪੋਰਟ ਲਿਖਾ। ਕਹਿੰਦਾ ਨਹੀਂ ਯਾਰ, ਪਿੱਛੇ ਮੋਟਰਸਾਈਕਲ ਗਵਾਚੀ ਸੀ, ਉਹਨੇ 15 ਦਿਨ ਚਲਾ ਕੇ ਦਿੱਤੀ ਸੀ। ਕਿਉਂ ਹੱਸ ਰਹੇ? ਕੀ
ਆਪੇ ਦੱਸ ਤੈਨੂੰ ਪਹਿਲੀ ਗੋਲੀ ਕਿੱਥੇ ਮਾਰਾਂ ਏ ਲੱਕੀ ਰਾਣੀ ਦੇ ਕਿੱਲੇ ਠੋਕਣਾ ਲਿਆ ਗੋਲੀ ਗੋਲੀ ਨਾ ਮਾਰੀ ਮੈਂ ਥੱਲੋਂ ਬਨੈਨ ਨਹੀਂ ਪਾਈ ਬੁਰਾ ਲੱਗਦਾ ਇਸ ਤੋਂ ਪਹਿਲਾਂ ਕਿ ਇਸ ਘਰ ਦੇ ਵਿੱਚ ਅਸੀਂ ਕਤਲੋ ਗਾਰ ਸ਼ੁਰੂ ਕਰੀਏ ਵੇ ਮਰਨ ਤੋਂ ਪਹਿਲੇ ਜਿਹਨੂੰ ਵੀ ਬੁਲਾ ਸਕਦਾ ਬੁਲਾ ਲੈ ਨਿਕਲਦਾ ਨੀ ਗਏ ਇਹਦੇ ਤੇ ਰੰਗ ਤੋਂ ਹੀ ਅੰਦਾਜ਼ਾ ਹੋਣ ਡਿਆ ਵੀ ਇਹਨੇ ਜੇਲ੍ਹ 'ਚ ਕੈਦੀਆਂ ਨੂੰ ਬਹੁਤ ਖੁਸ਼ ਕੀਤਾ ਹੋਣਾ ਤੂੰ ਤਾਂ ਕਿਹਾ ਸੀ ਇਹ ਇਹ ਗੱਲ ਜੇਲ੍ਹੋਂ ਬਾਹਰ ਨਹੀਂ ਆਏਗੀ ਤੁਸੀਂ ਚੰਬੇਲੀ ਨਾਲ ਲੜੋਗੇ ਚੰਬੇਲੀ ਨੂੰ ਮਾਰੋਗੇ ਪੰਜਾਹ ਰੁਪਏ ਦੀ ਵੱਡੀ ਰਕਮ ਤੂੰ ਘਰ ਰੱਖਦਾ ਯਾਰ ਚਬਲਾ ਇਸੇ ਵਾਸਤੇ ਤੇਰਾ ਚੀਰ ਖੁੱਲਾ ਹੋਇਆ